ਚੱਕ ਹੈਲੋ ਭਾਜੀ ਇੱਥੇ ਲਿਓ ਲਾਗੇ ਜੋ ਰੇਂਜ ਦੀ ਪ੍ਰੋਬਲਮ ਪੈਣੀ ਆ ਉਧਰ ਇੱਥੇ ਲਾਗੇ ਲਿਓ ਜਕਾਰਾ ਸੱਜਣ ਪੀਰ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਜਕਾਰਾ ਲੱਖ ਦਾ ਦੇ ਲਾਲਾ ਵਾਲੇ ਪੀਰ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਜਕਾਰਾ ਪੰਜਾਂ ਪੀਰਾਂ ਦਾ ਬੋਲ ਸੱਚੇ ਦਰਬਾਰ ਕੀ ਜੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜ਼ਿਲ੍ਹਾ ਜਲੰਧਰ ਤਹਿਸੀਲ ਸ਼ਾਹਕੋਟ ਦਾ ਮਸ਼ਹੂਰ ਨਗਰ ਸਾਲਾਪੁਰ ਜਿੱਥੇ ਇਸ ਟਾਈਮ ਸੱਜਣ ਪੀਰ ਜੀ ਦੇ ਦਰਬਾਰ ਤੇ ਆਪਣੇ ਕੀਮਤੀ ਕੰਮਕਾਜ ਛੱਡਦੇ ਹੋਏ ਛਿੰਝ ਮੇਲੇ ਰੌਣਕ ਨੂੰ ਵਧਾਓ ਤੇ ਆਹੋ ਪਹਿਲਵਾਨਾਂ ਦੀਆਂ ਕੋਸ਼ਟੀਆਂ ਦੇ ਜੋੜ ਵੇਖੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਡੇ ਬਹੁਤ ਹੀ ਮਾਣ ਤੇ ਸਤਿਕਾਰਯੋਗ ਬਾਬਾ ਜੀ ਬਲਦੇਵ ਰਾਜ ਜੀ ਵੱਲੋਂ ਧੰਨਵਾਦ ਆਖਾਂਗੇ ਜੀ ਪਹਿਲਵਾਨ ਵੀਰਾਂ ਨੂੰ ਬੇਨਤੀ ਆ ਵੀ ਖਾੜੇ ਪਾਤਸ਼ਾਹ ਸਾਹਿਬ ਵਿੱਚ ਆ ਕੇ ਬੈਠਣ ਦੀ ਕਿਰਪਾਲਤਾ ਕਰੋ ਜਿਹੜੇ ਪਹਿਲਵਾਨ ਬਾਹਰ ਫੇਰਦੇ ਨੇ ਮੈਂ ਤਾਂ ਗੱਲ ਕੋਲੇ ਲੈਣਾ ਨਹੀਂ ਕਰਨੀ ਪੈਣੀ।
ਜਕਾਰਾ ਆਪੋ ਆਪਣੀ ਪੀਰ ਮੁਰਸ਼ਦ ਦਾ ਬੋਲ ਸੱਚੇ ਦਰਬਾਰ ਕੀ ਹੈ, ਜਕਾਰਾ ਮੌਲਾ ਅਹਿਲੀ ਸਰਕਾਰ ਦਾ ਬੋਲ ਸੱਚੇ ਦਰਬਾਰ, ਜਕਾਰਾ ਲੱਖਾਂ ਦੇ ਦਾਤੇ ਦਾ ਬੋਲ ਸੱਚੇ ਦਰਬਾਰ ਕੀ ਹੈ, ਜਕਾਰਾ ਪੀਰ ਬਾਬਾ ਸਾਹਿਬ ਸਰਜਾ ਜੀ ਦਾ ਬੋਲ ਸੱਚੇ ਦਰਬਾਰ ਕੀ, ਜਕਾਰਾ ਸਾਰੇ ਦੇਵੀ ਦੇਵਤਿਆਂ ਦਾ ਬੋਲ ਸੱਚੇ ਦਰਬਾਰ ਕੀ ਹੈ, ਜਕਾਰਾ ਸਾਰੀ ਸੰਗਤ ਦਾ ਬੋਲ ਸੱਚੇ ਦਰਬਾਰ ਕੀ। ਗੈਰ ਗਰੀਬ ਗੁਲਾਮ ਮੈਂ ਖਾਨ, ਤੇਰਾ ਮਾਲ ਜਾਨ ਵੀ ਸਭ ਭੁੱਲਿਆ ਮੈਂ, ਤੇਰੀ ਸਿਫਤ ਦਾ ਸ਼ਾਹ ਜੀ ਕਿਤੇ ਅੰਤ ਹੈ ਨਹੀਂ, ਵਰਕਾ ਵਰਕਾ ਕੁਰਾਨ ਦਾ ਬੋਲਿਆ ਮੈਂ, ਵਜਨ ਕਦਰ ਦੇ ਵਿੱਚ ਹੈ ਬਹੁਤ ਭਾਰਾ, ਨਾਲ ਜਿਵੇਂ ਅਸਮਾਨ ਦੇ ਤੋਲਿਆ ਮੈਂ, ਮੇਰੀ ਤਕਸੀਰ ਗਰੀਬ ਦੀ ਮਾਫ਼ ਕਰ ਦੇ ਜੇ ਕੋਈ ਸੁਖਨ ਅਵਲੜਾ ਬੋਲਿਆ ਮੈਂ, ਜੇ ਕੋਈ ਸੁਖਨ ਅਵਲੜਾ ਬੋਲਿਆ। ਅਲਫ ਆਲ ਔਲਾਦ ਸ਼ਾਹ ਅਹਿਲੀ ਦੀ ਨੂੰ ਸ਼ਮਾ ਰੋਜ਼ ਦਰੂਦ ਪਹੁੰਚਾਈਏ ਜੀ, ਅਹਿਲੀ ਸ਼ੇਰ ਖੁਦਾ ਦਾ ਬਲੀ ਯੋਧਾ ਨਾਮ ਲੈਂਦਿਆਂ ਸੀ ਸੁਣਵਾਈਏ ਜੀ, ਮਦਾ ਅਹਿਲੀ ਦੀ ਕੌਜਰੀ ਸਾਈਆਂ ਮਸਤ ਪਦੀਨ ਅਤੇ ਦੁਨੀ ਦਾ ਪਾਈਏ। ਇਹ ਤੋੜਿਆ ਕੁਫਰ ਨੂੰ ਸ਼ਾਹੇ ਮਰਦਾਂ ਵਿਗੜੇ ਕੋਟ ਵੀ ਢਾਕ ਕੁਸਾਦ ਕੀਤੇ, ਬਲੀ ਐਸ ਪਸਾਦ ਦੇ ਤਫਾ ਕਰਕੇ ਔਰ ਦੀਨ ਇਸਲਾਮ ਆਬਾਦ ਕੀਤੇ, ਅੱਲਾ ਮਾਣ ਕੀਆ ਜਿਨ੍ਹਾਂ ਕਾਫਰਾਂ ਨੇ ਕਲਸੇ ਤਿੰਨਾਂ ਦੇ ਅਹਿਮ ਸਹਨ ਕੀਤੇ, ਮਦਾ ਅਹਿਲੀ ਦੀ ਕੋਈ ਜਰੀਫ ਸਾਈਆਂ ਦੁੱਖ ਦਰਦ ਯਤੀਮਾਂ ਦੇ ਦੂਰ। ਇਹ ਹਾਲ ਕਿ ਉਹਨਾਂ ਫਿਰ ਦੋਸਤਾਂ ਨੂੰ ਜਿਨ੍ਹਾਂ ਅਹਿਲੀ ਦੇ ਨਾਮ ਦੀ ਓੜ ਤੱਕੀ, ਅਹਿਲੀ ਮਾਰ ਕੁਫਾਰ ਵਰਾਨ ਕੀਤੇ, ਫੌਜ ਕਾਫਰਾਂ ਦੀ ਭੱਜ ਦੌੜ ਥੱਕੀ, ਮਦਨੀ ਨਾਲ ਕਲਾਸ ਰਫੀਕ ਕਰਕੇ ਮੁਸਲਮਾਨ ਜੇ ਨਾਲ ਸ਼ਮਸ਼ੇਰ ਮੱਕੀ, ਸਾ ਲੁਸਫ ਜਰੀਫ ਅਤੇ ਫਜਲ ਹੋਇਆ ਲੱਗੇ ਫੁੱਲ ਉਮੈਦ ਦੀ ਸ਼ਾਖ, ਦਾਲ ਦਲਾਂ ਦਾ ਮੋਹਰੀ ਮੌਲਾ ਮੁਰਤ ਹੈ ਜੀ, ਨਬੀ ਆਖਿਆ ਇਲਮ ਦਾ ਭਾਵ ਅਹਿਲੀ, ਅਹਿਲੀ ਦਰਦ ਅਤੇ ਮਕਰ ਵਿੱਚ ਸਦਾ ਰੋਸ਼ਨ ਰੋਸ਼ਨ ਵਿੱਚ ਅਸਮਾਨ ਭਲੀਓ ਭਲੀ ਹੈ। ਜੇ ਜ਼ੋਰ ਦਿੱਤਾ ਸੀ ਮੌਲਾ ਮੁਰਤ ਜਨ, ਤਾਂ ਜਿਹਦੇ ਜ਼ੋਰ ਜਿੰਨਾ ਇਨਸਾਨ ਹੈ ਨਹੀਂ, ਰੁਸਤਮ ਸ਼ਾਮ ਅਤੇ ਔਰ ਲਦੌਰ ਜੈਸੇ, ਸ਼ਾਦੀ ਅਹਿਲੀ ਦੀ ਕੋਈ ਪਹਿਲਵਾਨ ਹੈ ਨਹੀਂ, ਮਦਾ ਅਹਿਲੀ ਦੀ ਕੋ ਜਰੀਬ ਸਾਈਆਂ ਜੀ ਦੀ ਸ਼ਾਨ ਵੀ ਸੁਲੇ ਮਾਨ ਹੈ। ਫੇ ਫਤਿਹ ਹੁੰਦੇ ਗੜ ਕੋਟ ਸਾਰੇ, ਅਹਿਲੀ ਅਹਿਲੀ ਜੋ ਆਖ ਤਲਵਾਰ ਫੜਦੇ, ਲੋਹਾ ਦਸ ਦਹੂਰ ਅਤੇ ਮੋਮ ਹੁੰਦਾ, ਕੁੰਡੀ ਜੋੜ ਜੋ ਅਹਿਲੀ ਦਾ ਇਸਮ ਪੜ੍ਹਦੇ, ਜਰੀਬ ਬਰਕਤੇ ਅਹਿਲੀ ਦਾ ਨਾਮ ਉਦੋਂ ਹਜ਼ਰਤ ਨੂਹ ਨੂੰ ਰੱਖਿਆ ਸੀ ਵਿੱਚ ਹੜ, ਕਾਫ ਪੌੜੀਆਂ ਦੇ ਦੁੱਖ ਦੂਰ ਹੁੰਦੇ, ਤਾਂ ਜਦੋਂ ਅਹਿਲੀ ਦਾ ਨਾਮ ਧਿਆਈਏ ਜੀ, ਅੱਖੀਆਂ ਚੰਗੀਆਂ ਹੋ ਜਾਂਦੀਆਂ ਅੰਨਿਆਂ ਦੀਆਂ, ਅਤੇ ਸੁਰਮਾ ਅਹਿਲੀ ਦੇ ਨਾਮ ਦਾ ਪਾਈਏ ਜੀ, ਅਹਿਲੀ ਕੱਪੜੇ ਬਖਸ਼ਦਾ ਨੰਗਿਆਂ ਨੂੰ, ਅਤੇ ਰੋਜੀ ਭੁੱਖਿਆਂ ਤਾਈਂ ਖਵਾਉਂਦੇ ਜੀ, ਅਹਿਲੀ ਔਂਤਰਿਆਂ ਦੇ ਘਰੀ ਪੁੱਤ ਦਿੰਦਾ, ਅਤੇ ਬੇੜੇ ਬੰਨੇ ਗਰੀਬਾਂ ਦੇ ਲਾਹਦੇ ਜੀ, ਬੇੜੇ ਬੰਨੇ ਗਰੀਬਾਂ ਦੇ ਲਾਹਦੇ। ਐਦਾ ਤਾਂ ਮੌਲਾ ਅਹਿਲੀ ਸਰਕਾਰ ਸ਼ਿੰਝਾਂ ਦੇ ਵਾਰਸ, ਸਾਡੀ ਪੱਤ ਤੇਰੇ ਹੱਥ ਦਾਤਾ, ਗੁਨਾਗਾਰਾਂ ਦੀ ਉਗੜਹਾਰਾਂ ਦੀ ਭੁੱਲੜਹਾਰਾਂ ਦੀ ਸੇਵਾਦਾਰਾਂ ਦੀ ਕਮਾਈ ਚੋਂ ਹੋਇਆ ਹਾਜ਼ਰ ਪ੍ਰਸ਼ਾਦ ਭੋਜਨ ਨੇ ਅੱਜਾਂ ਦਾਤਾ, ਛਿੰਝਾਂ ਪਵਾਈਆਂ ਜਾ ਰਹੀਆਂ ਤੇਰੇ ਮੇਲੇ ਮਨਾਏ ਜਾ ਰਹੇ, ਦਾਤਾ ਪੁੰਨਦਾਨ ਕੀਤੇ ਜਾ ਰਹੇ, ਹੱਥੀ ਸੇਵਾ ਕੀਤੀ ਜਾ ਰਹੀ ਆ, ਪਾ ਮਨਜ਼ੂਰੀ ਪਾ ਮਨਜ਼ੂਰੀ ਦਾਤਾ ਪਾ ਮਨਜ਼ੂਰੀ, ਗਰੀਬ ਦਾ ਭੋਰਾ ਬਖਸ਼ਾ ਵਰਦਾ ਘੋੜਾ ਬਰਾਬਰ ਜਾਣ,
ਦਰਿਆ ਦੀ ਲਾਜ ਰੱਖ ਪੱਤ ਬਣਾ ਪੜਦੇ ਕੱਜ ਦਾ ਤਾਂ ਹਾਜ਼ਰੀ ਮਨਜ਼ੂਰ ਮਾਫ਼ ਕਸੂਰ ਦੁੱਖ ਦਲਿੱਦਰ ਦੂਰ ਕਰ ਜੇ ਤੇਰੇ ਕਦਮਾਂ ਦਾ ਆਸਰਾ ਕਰਦਾ ਤਾਂ ਤੰਦਰੁਸਤੀਆਂ ਲਾਗੂ ਕਰ ਗਰੀਬੀਆਂ ਦੂਰ ਕਰ ਆਸਾ ਮਰਾਦਾਂ ਪੂਰੀਆਂ ਕਰ ਦਰਿਆ ਦੇ ਕਾਰਜ ਰਾਸ ਕਰਦੇ ਹਿਰਦੇ ਸ਼ਾਤ ਕਰਦੇ ਰਹਿਮ ਦੀਆਂ ਨਜ਼ਰਾਂ ਕਰਦੇ ਸੱਚੇ ਖੱਬੇ ਅੱਗੇ ਪਿੱਛੇ ਦੇਸ਼ਾਂ ਵਿਦੇਸ਼ਾਂ ਸੁੱਖ ਸ਼ਾਂਤੀ ਦੇ ਪੈਰੇ ਲਾਗੂ ਕਰਦੇ ਦਾਤਾ ਗੁਨਾਹ ਬਖਸ਼ਦੇ ਰਹਿਮਤ ਦੇ ਖਜ਼ਾਨੇ ਖੋਲਦੇ ਵੀਰਾ ਰਹਿਮਤ ਦੇ ਖਜ਼ਾਨੇ ਖੋਲ ਨਗਰ ਖੇੜੇ ਦਾ ਭੱਲਾ ਚਿੜੀ ਜਨੌਰ ਦਾ ਭੱਲਾ ਮਾਲ ਮਨੁੱਖ ਦਾ ਭੱਲਾ ਰਿਜਕ ਪੱਠੇ ਦਾ ਭੱਲਾ ਆਈ ਹੋਈ ਸੰਗਤ ਦਾ ਭੱਲਾ ਹੀ ਕਰ ਭੱਲਾ 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 ਹੀ ਕਰ ਜਗਾਰਾ ਮੌਲਾ ਅਲੀ ਸਰਕਾਰ ਦਾ ਜਗਾਰਾ ਛਿੰਝਾਂ ਵਾਲੇ ਪੀਰ ਦਾ ਜਗਾਰਾ ਲੱਖਾਂ ਦੇ ਦਾਤੇ ਦਾ ਬੋਲ ਸੱਚੇ ਦਰਬਾਰ ਕੀ ਜੈ ਜਗਾਰਾ ਪੀਰ ਬਾਬਾ ਸਾਹਿਬ ਸਰਜਾ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਜਗਾਰਾ ਸਾਰੇ ਦੇਵੀ ਦੇਵਤਿਆਂ ਦਾ ਬੋਲ ਸੱਚੇ ਦਰਬਾਰ ਕੀ ਬਾਹਰ ਬੈਠੇ ਨੇ ਭਲਵਾਨ ਜੀ ਖਾੜੇ ਪਾਤਸ਼ਾਹ ਸਾਹਿਬ ਜਾ ਕੇ ਬੈਠ ਜਾਓ ਤਾਂ ਜਿਹੜੇ ਛਿੰਝ ਮੇਲੇ ਸ਼ੁਰੂਆਤ ਖਾੜੇ ਪਾਤਸ਼ਾਹ ਸਾਹਿਬ ਵਿੱਚ ਪੱਠੇ ਪੁੱਜੇ ਨੂੰ ਲੈ ਕੇ ਉਹ ਯਾਰ ਜੀਤਾ ਭਲਵਾਨ ਅੰਗਾਗਿਰੀ ਪੁੱਜਾ ਸੁੱਖਾ ਪਹਿਲਵਾਨ ਜੱਸਾ ਪਹਿਲਵਾਨ ਸਾਰੇ ਭਲਵਾਨਾਂ ਦਾ ਦਿਲੋਂ ਸਤਿਕਾਰ ਆ ਜੀ ਉਹ ਸਾਡੇ ਗੁਰੂ ਜੀ ਭੀਮਾ ਪਹਿਲਵਾਨ ਜੀ ਖਾੜੇ ਪਾਤਸ਼ਾਹ ਸਾਹਿਬ ਵਿੱਚ ਹਰ ਸਾਲ ਇਸ ਸਾਲ ਵੀ ਵੱਡੀਆਂ ਜ਼ਿੰਮੇਵਾਰੀਆਂ ਨੇ ਤਹਿ ਦਿਲੋਂ ਧੰਨਵਾਦ ਆਖਾਂਗੇ ਜੀ ਉਹਦੇ ਸਾਡੇ ਗੁਰੂ ਜੀ ਰੋਸਤ ਮਹਿੰਦ ਪਹਿਲਵਾਨ ਜਨਾਬ ਮੇਹਰ ਦੀਨ ਜੀ ਉਹਨਾਂ ਦੇ ਛੋਟੇ ਵੀ ਸਾਡੇ ਜੀਤਾ ਪਹਿਲਵਾਨ ਜੀ ਚਾਚਾ ਜੀ ਪੁੱਜੇ ਨੇ ਉਹਨਾਂ ਦਾ ਵੀ ਕਹਿ ਲਓ ਵੱਡਾ ਸਤਿਕਾਰ ਰੱਖਾਂਗੇ ਵੱਡੇ ਧੰਨਵਾਦ ਆ ਜੀ ਇਹ ਛਿੰਝ ਮੇਲਾ ਸਮੂਹ ਨਗਰ ਨਿਵਾਸੀਆਂ ਇਲਾਕਾ ਨਿਵਾਸੀਆਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪਹਿਲਵਾਨ ਵੀਰਾਂ ਨੂੰ ਫਿਰ ਦੁਆਰਾ ਬੇਨਤੀ ਕੀਤੀ ਜਾਂਦੀ ਆ ਵੀ ਖਾੜੇ ਪਾਤਸ਼ਾਹ ਸਾਹਿਬ ਜਾ ਕੇ ਬੈਠਣ ਦੀ ਕਿਰਪਾਲਤਾ ਕਰੋ ਜੀ ਮੇਰੇ ਗੁਰੂ ਜੀ ਦੇ ਸਪੁੱਤਰ ਸ਼੍ਰੀ ਮੇਹਰ ਦੀਨ ਜੀ ਰੁਸਤ ਮੇਹਨ ਦੇ ਸਾਡੇ ਕੋਲ ਪਹੁੰਚ ਗਏ ਆ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹਦੇ ਭਰਾ ਜੀ ਸਿੱਧੇ ਇੱਥੇ ਮੇਰੇ ਕੋਲ ਆ ਜਾਓ ਜੱਸਾ ਪਹਿਲਵਾਨ ਜੀ ਮਜੀਦਾ ਪਹਿਲਵਾਨ ਜੀ ਦੋਵੇਂ ਜਾਣੇ ਨਾਲ ਹੋ ਕੇ ਭਲਵਾਨਾਂ ਨੂੰ ਬੇਨਤੀ ਆ ਕਿ ਆਪਦੀ ਆਪਦੀ ਜਗ੍ਹਾ 'ਤੇ ਇੱਥੇ ਬੈਠ ਜਾਓ ਠੀਕ ਆ ਔਰ ਜੱਸਾ ਪਹਿਲਵਾਨ ਮਜੀਦਾ ਪਹਿਲਵਾਨ ਜੀ ਕੁਸ਼ਤੀਆਂ ਕੱਢਣਗੇ ਸਾਡਾ ਜੀਤਾ ਤੂੰ ਕਰਨੀ ਉਹ ਬਾਹਰ ਰਵੇ ਦੇ ਵਿੱਚ ਨਾ ਬੈਠੇ ਖੜੇ ਗੇ ਮੈਂ ਕੋਚਾਂ ਨੂੰ ਪੰਚ ਸਾਹਿਬ ਪੁੱਜੇ ਨੇ ਬੀਜਾ ਸਰਪੰਚ ਜੀ ਕਿਉਂਕਿ ਨਗਰ ਦਾ ਮੇਰਾ ਸਟੇਜ ਤੇ ਆ ਜਾਓ ਧੰਨਵਾਦ ਆ ਜੀ ਉਹ ਨਗਰ ਭਾਗਾਂ ਵਾਲੇ ਨੇ ਜੋ ਛਿੰਝ ਕਰਾਉਂਦੇ ਨੇ ਮਹਿੰਦ ਪਹਿਲਵਾਨ ਮੇਹਰਦੀਨ ਇਹ ਮਜੀਦੇ ਪਹਿਲਵਾਨ ਦਾ ਪੱਠਾ ਜਿਹੜਾ ਸਟੇਜ ਵਾਲੇ ਸਾਈਡ ਤੇ ਆ ਸ਼ਹਿਜਾਦਾ ਨਕੋਦਰ ਤੇ ਮੁਕੱਦਰ ਸ਼ਾਹਪੁਰ ਖਾੜੇ ਚੌਕ ਭਲਵਾਨ ਜੀ ਇਹ ਵੀ ਨਾਲ ਹੀ ਅਗਲੀ ਕੁਸ਼ਤੀ ਸ਼ੁਰੂ ਕਰਾਵਾਂਗੇ ਬਹੁਤ ਵਧੀਆ ਮੁਕਾਬਲਾ ਚੱਲਦਾ ਵੀ ਤਾੜੀ ਮਾਰੋ ਬਾਬਿਆਂ ਦੇ ਨਾਲ ਦੋ ਜ਼ੋਰਦਾਰ ਤਾੜੀ ਮਾਰ ਦੋ ਜ਼ੋਰਦਾਰ ਜੀ ਬਹੁਤ ਵਧੀਆ ਮੁਕਾਬਲਾ ਇਸ ਟਾਈਮ ਖਾੜੇ ਪਾਤਸ਼ਾਹ ਸਾਹਿਬ ਚੱਲਦੀ ਪਈ ਕੁਸ਼ਤੀ ਬੱਲੇ ਬੱਲੇ ਹੁੰਦੀ ਪਈ ਕੁਸ਼ਤੀ ਦੀ ਐਨ ਕਹਿੰਦੇ ਵੀ ਕੁੰਡਗਾਂ ਦੇ ਸਿੰਘ ਫਸੇ ਪਏ ਅਮੀਰਾਂ ਦੇ ਨਾ ਜਗੀਰਾਂ ਦੇ ਨਾ ਹੀ ਤਾਜਦਾਰਾਂ ਦੇ ਦੀਵੇ ਬਲਦੇ ਨੇ ਸਦਾ ਫਕੀਰਾਂ ਦੇ ਖੱਫਾ ਮਾਰ ਕੇ ਫਿਕਰ ਨੂੰ ਫਸ ਜਾਂਦਾ ਫਕਰ ਕਹਿ ਕੇ ਕੱਖ ਜਾਂਦਾ ਤੇ ਕਰਕੇ ਲੱਖ ਜਾਂਦਾ ਅੱਜ ਪੀਰ ਬਾਬਾ ਸ਼ਾਰਦਾ ਸ਼ਾਹ ਜੀ ਦੇ ਦਰਬਾਰ ਤੋਂ ਲੱਗੀਆਂ ਹੋਈਆਂ ਰੌਣਕਾਂ ਅੱਜ ਕਹਿੰਦੇ ਵੀ ਬੱਲੇ ਬੱਲੇ ਫੁੱਲੀ ਸਾਰੇ ਪਾਤਸ਼ਾਹ ਸਾਹਿਬ ਚੱਲਦਾ ਪਿਆ ਉਧਰ ਵਿਸ਼ੇਸ਼ ਤੌਰ ਤੇ ਧੰਨਵਾਦ ਆਖਾਂਗੇ ਸਾਡੇ ਸਾਬਕਾ ਸਰਪੰਚ ਸਾਹਿਬ ਬਲਦੇਵ ਰਾਜ ਜੀ ਸਾਡਾ ਰਾਜਾ ਭਰਾ ਇਟਲੀ ਤਹਿ ਦਿਲੋਂ ਵੱਡੇ ਸਤਿਕਾਰ ਨੇ ਸਾਡੇ ਬਾਊ ਸਾਬਕਾ ਸਰਪੰਚ ਸਾਹਿਬ ਸਾਡੇ ਲਾਲੋ ਭਾਜੀ ਹੁਣੀ ਅਮਰਜੀਤ ਜੀ ਭਜਨ ਭਾਜੀ ਹੁਣੀ ਬੀਜਾ ਸਾਡੇ ਸਰਪੰਚ ਸਾਹਿਬ ਜੀਤਾ ਜਲਾਵਲ ਸਾਰੇ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਆਖਾਂਗੇ ਅਗਲੀ ਗੱਲ ਸਾਡੇ ਬਾਬਾ ਜੀ ਹਾਂਜੀ ਸਰਦਾਰ ਦਰਸ਼ਨ ਸਿੰਘ ਜੀ ਭੋਏਪੁਰ ਤੋਂ ਕਾਮਰੇਡ ਸਾਹਿਬ ਸਰਦਾਰ ਦਰਸ਼ਨ ਸਿੰਘ ਜੀ ਕਾਮਰੇਡ ਸਾਹਿਬ ਸਟੇਜ ਤੇ ਆ ਜਾਓ ਵਿਸ਼ੇਸ਼ ਤੌਰ ਤੇ ਧੰਨਵਾਦ ਆਖਾਂਗੇ ਵਿਸ਼ੇਸ਼ ਤੌਰ ਤੇ ਸਾਡੇ ਜਿਹੜੇ ਪੁੱਜ ਗਏ ਨੇ ਦਰਸ਼ਨ ਸਿੰਘ ਜੀ ਕਾਮਰੇਡ ਸਾਹਿਬ ਨਜ਼ਦੀਕੀ ਨਗਰ ਆ ਭੋਏਪੁਰ ਤਹਿ ਦਿਲੋਂ ਵੱਡੇ ਸਤਿਕਾਰ ਨੇ ਵੱਡੇ ਧੰਨਵਾਦ ਆ ਵੀ ਸ਼ਹਿਜਾਦਾ ਨਕੋਦਰ ਹੱਥ ਖੜਾ ਕਰਦੇ ਉੱਚਾ ਜੀ ਆ ਵੀ ਮੁਕੱਦਰ ਸ਼ਾਹਕੋਟ ਮੁਕੱਦਰ ਖਾੜੇ ਚ ਆ ਵੀ ਇਹ ਵੀ ਜਿਹੜੀ ਅਗਲੀ ਕੁਸ਼ਤੀ ਆ ਖਾੜੇ ਪਾਤਸ਼ਾਹ ਸਾਹਿਬ ਵਿੱਚ ਹੋਵੇਗੀ ਦੋ ਮੁਕਾਬਲੇ ਖਾੜੇ ਪਾਤਸ਼ਾਹ ਸਾਹਿਬ ਚੱਲਦੇ ਪਏ ਐਨ ਕਹਿੰਦੇ ਵੀ ਬੱਲੇ ਬੱਲੇ ਹੁੰਦੀ ਪਈ ਕੁਸ਼ਤੀ ਦੀ
ਸ਼ਾਹ ਚਲਪੀ ਸ਼ਹਿਜਾਦਾ ਨਕੋਦਰ ਤੇ ਮੁਕੱਦਰ ਸ਼ਾਹਕੋਟ ਕਾਰਨ ਨਕੋਦਰ ਮੋਹਿਤ ਸ਼ਾਹਕੋਟ ਇਹ ਵੀ ਜਿਹੜੀ ਅਗਲੀ ਕੁਸ਼ਤੀ ਕਰਾਉਣੀ ਆ ਜੀ ਪਹਿਲਵਾਨ ਜੀ ਦੋ ਦੋ ਕਰਾਉਣੀਆਂ ਬਾਕੀ ਬਾਈ ਸਾਈਡ ਤੇ ਹੋ ਜਾਓ ਪਹਿਲਵਾਨ ਜੀ ਬਹਿ ਜਾਓ ਮੋਹਿਤ ਪਹਿਲਵਾਨ ਜੀ ਬਹਿ ਜਾਓ ਸਾਈਡ ਤੇ ਦੋ ਮਿੰਟ ਪਹਿਲਵਾਨ ਛੁੜ ਕੇ ਦੋ ਦੋ ਕੁਸ਼ਤੀਆਂ ਕਰਾਉਣੀਆਂ ਵਾ ਦੋ ਮਿੰਟ ਹੋ ਜਾਓ ਸਾਈਡ ਤੇ ਜੀ ਸਾਹਮਣੇ ਸ਼ਹਿਜਾਦਾ ਸ਼ਾਹਕੋਟ ਹੱਥ ਖੜਾ ਕਰੇ ਵੀ ਸ਼ਹਿਜਾਦਾ ਤੇ ਮੁਕੱਦਰ ਪਹਿਲਵਾਨ ਸਾਹਮਣੇ ਕੁਸ਼ਤੀ ਸ਼ੁਰੂ ਹੋਣ ਜਾ ਰਹੀ ਆ ਵੀ ਬੱਲੇ ਬੱਲੇ ਵੀ ਸੰਮੀ ਦੀ ਚੂਰੀ ਦਾ ਬਾਪੂ ਕੋਟ ਬਦਾਮ ਖਵਾਉਂਦਾ ਭੈਣ ਦੁੱਧ ਪਿਆਉਂਦੀ ਏ ਮਾਲਸ਼ ਛੋਟੇ ਤੋਂ ਕਰਵਾਉਂਦਾ ਪੰਮਿਆਂ ਤੱਕ ਵਿੱਚ ਮੈਦਾਨਾਂ ਦੇ ਮੁੰਡਾ ਵੱਖਰੇ ਯਾਰ ਦਿਖਾਉਂਦਾ ਪੰਮਾ ਵੀ ਖੁਸ਼ ਆ ਜੀ ਪੂਰਾ ਐਨ ਕਹਿੰਦੇ ਵੀ ਨਗਰ ਦਾ ਮੇਲਾ ਬੱਲੇ ਬੱਲੇ ਹੁੰਦੀ ਪਈ ਕੁਸ਼ਤੀ ਦੀ ਬਹੁਤ ਵਧੀਆ ਦੋ ਮੁਕਾਬਲੇ ਚੱਲਦੇ ਪਏ ਐਨ ਕਹਿੰਦੇ ਵੀ ਵੱਡੀਆਂ ਗੱਲਾਂ ਨੇ ਕਹਿੰਦਾ ਛਿੰਝਾਂ ਦਾ ਹੁਣ ਸੀਜ਼ਨ ਮਿੱਤਰੋ ਪੈਣੇ ਵੇਖ ਪਟਾਕੇ ਖਾਣ ਖੁਰਾਕਾਂ ਖੁੱਲੀਆਂ ਗੱਭਰੂ ਸਖ਼ਤ ਮਿਹਨਤਾਂ ਲਾ ਕੇ ਕਿਹੜੇ ਮਲ ਦੀ ਤੂਤੀ ਬੋਲੂ ਕਿਹੜੇ ਮਲ ਨੂੰ ਢਾਕੇ ਛਿੰਝਾਂ ਦਾ ਬਈ ਸੀਜ਼ਨ ਮਿੱਤਰੋ ਪੈਣੇ ਵੇਖ ਪਟਾਕੇ ਫਿਰ ਮੱਲ ਸਾਹਿਬਾਨ ਨੂੰ ਬੇਨਤੀ ਕਰਾਂ ਨਾਲ ਨਾਲ ਸਾਡੇ ਧੁੱਲਾ ਜੀ ਜੋ ਕਿ ਕੋਚ ਦਾ ਕੰਮ ਕਰਦੇ ਨੇ ਸਾਡੇ ਮਜੀਦਾ ਜੀ ਇਹਨਾਂ ਨੂੰ ਬੇਨਤੀ ਕਰਾਂ ਕਿ ਜਿਹੜੇ ਇਹ ਕੋਲ ਨੇ ਇਹ ਸੈਂਟਰ ਵਿੱਚ ਹੀ ਕਰਾਉਣੇ ਆ ਜਿਹੜੇ ਕਿ ਦੂਸਰੀ ਇਹ ਸੰਗਤ ਬੈਠੀ ਹੈ ਉਹਨਾਂ ਨੂੰ ਦੂਰ ਨਾ ਦਿਸਣ ਅਤੇ ਇੱਕ ਸੰਗਤ ਦੇ ਉੱਪਰ ਜਾ ਕੇ ਨਹੀਂ ਕਰਾਉਣੇ ਅਤੇ ਮੈਂ ਬੇਨਤੀ ਕਰਾਂਗਾ ਜਿਸ ਪਾਸੇ ਬੰਮਾ ਫਿਰਦਾ ਵਾ ਇਸ ਪਾਸੇ ਨੂੰ ਜੁੱਟ ਨੂੰ ਲੈ ਕੇ ਜਾਓ ਵਿਚਾਲੇ ਪਿੰਡ ਦੇ ਵਿਚਾਲੇ ਕੋਲ ਕਰਾਉਣੇ ਆ ਇਹ ਮੇਰੀ ਬੇਨਤੀ ਹੈ ਮੱਲ ਸਾਹਿਬਾਨ ਨੂੰ ਵੀ ਆ ਪਰ ਨਾਲ ਨਾਲ ਜਿਹੜੇ ਇਹਨਾਂ ਨੂੰ ਵੀ ਨਾਲ ਨਾਲ ਬੇਨਤੀ ਸਾਰਿਆਂ ਨੂੰ ਜੀ ਆਇਆਂ ਸਾਰਿਆਂ ਦਾ ਧੰਨਵਾਦ ਆਓ ਐਲੀ ਸਰਕਾਰ ਦੀ ਸਿਫਤ ਕਰੀਏ ਆਓ ਐਲੀ ਸਰਕਾਰ ਦੀ ਸਿਫਤ ਕਰੀਏ ਜਿਹੜਾ ਹੋਇਆ ਵਾ ਬੜਾ ਮਹਾਨ ਐਲੀ ਯੋਧਾ ਧਨੀ ਤਲਵਾਰ ਦਾ ਜੰਗ ਅੰਦਰ ਛਿੰਝਾਂ ਵਿੱਚ ਤਾਂ ਵੱਡਾ ਭਲਵਾਨ ਐਲੀ ਡਰ ਆਏ ਫਕੀਰ ਨੂੰ ਮੋੜਦਾ ਨਹੀਂ ਜੋ ਕੋਈ ਮੰਗੇ ਆ ਕਰਦਾ ਆ ਦਾਨ ਐਲੀ ਸਰਪੰਚਾ ਸੱਚੇ ਦਿਲੋਂ ਜੋ ਐਲੀ ਨੂੰ ਯਾਦ ਕਰਦਾ ਉਹਦੀ ਸੁੱਖਾਂ ਵਿੱਚ ਰੱਖਦਾ ਵਾ ਜਾਨ ਐਲੀ ਉਹਦੀ ਸੁੱਖਾਂ ਵਿੱਚ ਰੱਖਦਾ ਵਾ ਜਾਨ ਐਲੀ ਮੈਨੂੰ ਫਿਰ ਕੁਝ ਕਹਿਣਾ ਪੈ ਗਿਆ ਸਿਟੀ ਹਾਂਡਾ ਦੇ ਆਣ ਪ੍ਰਧਾਨ ਬਣ ਗਈ ਸਿਟੀ ਹਾਂਡਾ ਕਾਰ ਸਿਟੀ ਹਾਂਡਾ ਦੇ ਆਣ ਪ੍ਰਧਾਨ ਬਣ ਗਈ ਤੇ ਬੈਲ ਗੱਡੀਆਂ ਮੇਲੇ ਲਿਜਾਣ ਭੁੱਲੇ ਪੀਜੇ ਬਰਗਰਾਂ ਨੇ ਆ ਕੇ ਸਾਡੀ ਮੱਤ ਮਾਰੀ ਤੇ ਭੁੰਨਵੇਂ ਚੌਲਾਂ ਨੂੰ ਲੋਕ ਖਾਣ ਭੁੱਲੇ ਇੰਨਾ ਨੀਵੇਂ ਹੋ ਕੇ ਪੈਰੀ ਹੱਥ ਲਾਉਣ ਭੁੱਲੇ ਸਰਪੰਚ ਆਖਦਾ ਭਲਵਾਨਾਂ ਤੇ ਵੀ ਅਸਰ ਪੈ ਗਿਆ ਕਿ ਜਿਹੜੇ ਐਲੀ ਦੇ ਨਾਰੇ ਲਾਉਣ ਭੁੱਲੇ ਤੇ ਜਿਹੜੇ ਐਲੀ ਦੇ ਨਾਰੇ ਲਾਉਣ ਭੁੱਲੇ ਮਾਫ਼ ਕਰਨਾ ਮੈਨੂੰ ਕਹਿਣਾ ਪੈ ਰਿਹਾ ਕਿਉਂਕਿ ਸਾਡੇ ਪਹਿਲਵਾਨ ਨਵੇਂ ਬੜੇ ਨੇ ਪਰ ਐਲੀ ਦਾ ਨਾਰਾ ਕੋਈ ਨਹੀਂ ਮਾਰਦਾ ਜੈ ਐਲੀ ਕਹਿ ਕੇ ਵੜਿਆ ਕਰਦੇ ਸੀ ਪਿੰਡ ਵਿੱਚ ਤੇ ਜਿੱਤ ਕੇ ਆਇਆ ਕਰਦੇ ਸੀ ਹੌਸਲਾ ਹੁੰਦਾ ਸੀ ਮਾਫ਼ ਕਰਨਾ ਮੈਨੂੰ ਸੱਚੀ ਗੱਲ ਕਹਿਣੀ ਪੈਂਦੀ ਹੈ ਜਿਹੜੇ ਪੁਰਾਣੇ ਨੇ ਉਹ ਸਾਰੀਆਂ ਗੱਲਾਂ ਜਾਣਦੇ ਨੇ ਜਕਾਰਾ ਪੋਪੜੇ ਹੈਲੋ ਕਾਰਨ ਨਕੋਦਰ ਖੜੇ ਜਾਵੇ ਕਾਰਨ ਨਕੋਦਰ ਮੋਹਿਤ ਸ਼ਾਹਕੋਟ ਇਹ ਜਿਹੜੀ ਅਗਲੀ ਕੁਸ਼ਤੀ ਹੋਣ ਜਾ ਰਹੀ ਹੈ ਜੀ ਕਾਰਨ ਬਾਜਵਾ ਕਲਾ ਤੇ ਕਾਲੂ ਸ਼ਾਹਕੋਟ ਪਲਾਂ ਜੀ ਨਾਲ ਹੀ ਆਪਣਾ ਮਾਨ ਸਤਿਕਾਰ ਨਾਲ ਹੀ ਲਈ ਚੱਲੋ ਜਸ਼ਨ ਆ ਜਾ ਨਾਲ ਤੂੰ ਵੀ ਜਸ਼ਨ ਪਹਿਲਵਾਨ ਆ ਜਾਓ ਜੀ ਨਾਲ ਕਰਨ ਹੱਥ ਖੜਾ ਕਰਦੀ ਉੱਚਾ ਜਾ ਨਕੋਦਰ ਵਾਲਾ ਇਹ ਸਾਡਾ ਬਲਾਰਾ ਸੀ ਸਵਰਗ ਵਾਸੀ ਮੰਗਾ ਪਹਿਲਵਾਨ ਦਾ ਪੁੱਤਰ ਇਹ ਰੰਗੇ ਦਾ ਭਤੀਜਾ ਮੋਹਿਤ ਪਹਿਲਵਾਨ ਮੋਹਿਤ ਹੱਥ ਖੜਾ ਕਰਦੇ ਵੀ ਆ ਖਾਰਾ ਰੁਸਤਮੇ ਦੇ ਪਹਿਲਵਾਨ ਮੇਹਰਦੀਨ ਜੀ ਮਜੀਦੇ ਪਹਿਲਵਾਨ ਦਾ ਪੱਛਾ ਵੀ ਸਾਹਮਣੇ ਜਿਹੜੀ ਕੁਸ਼ਤੀ ਸ਼ੁਰੂ ਹੋਣ ਜਾ ਰਹੀ ਆ ਵੀ ਅਹੁਦੇ ਸਾਡੇ ਬਹੁਤ ਹੀ ਸਤਿਕਾਰਯੋਗ ਕਾਮਰੇਡ ਦਰਸ਼ਨ ਸਿੰਘ ਜੀ ਸਾਡੇ ਬਹੁਤ ਹੀ ਮਾਣ ਨੇ ਸਾਨੂੰ ਛੇ ਤੌਰ ਤੇ ਪੁੱਜੇ ਨੇ ਨਾਲ ਸਾਡੇ ਜਗਦੀਰ ਸਿੰਘ ਜੀ ਬਾਜਵਾ ਖੁਰਦਾ ਦੇ ਸਾਡੇ ਪ੍ਰਧਾਨ ਸਾਹਿਬ ਸਾਡੇ ਏਡੀਐਮ ਸਾਹਿਬ ਭੀਮਾ ਪਹਿਲਵਾਨ ਜੀ ਪੁੱਜ ਗਏ ਨੇ ਕਹਿੰਦੇ ਵੀ ਭੀਮੇ ਪਹਿਲਵਾਨਾ ਉਸਤਾਦ ਜੀ ਨਾਲ ਭਰਾਵਾਂ ਤੋਂ ਵੱਧ ਕੇ ਪਿਆਰ ਆ ਸਾਡੇ ਜਗਦੀਰ ਸਿੰਘ ਜੀ ਬਾਜਵਾ ਖੁਰਦ ਵਛੇ ਤੌਰ ਦੇ ਪ੍ਰਧਾਨ ਜੀ ਪੁੱਜ ਗਏ ਨਾਲ ਸਾਡੇ ਬਲਦੇਵ ਸਿੰਘ ਜੀ ਸਰਪੰਚ ਸਾਹਿਬ ਬਾਜਵਾ ਕਲਾ ਸਾਡੇ ਅਮਰਜੀਤ ਸਿੰਘ ਜੀ ਲੰਬਰਦਾਰ ਜੀ ਸਾਲਾਪੁਰ ਜਸ਼ਨ ਪਹਿਲਵਾਨ ਜੀ ਆਵਾਜ਼ ਸੁਣਦੀ ਆ ਉਹ ਇੱਧਰ ਜਸ਼ਨ ਪਹਿਲਵਾਨ ਜੀ ਅਜੋ ਆਵਾਜ਼ ਸੁਣਦੀ ਆ ਤਾਂ ਆਪਣਾ ਮਾਨ ਸਤਿਕਾਰ ਨਾਲ ਹੀ ਲੈ ਜਾਓ ਪਹਿਲਵਾਨ ਜੀ ਇੱਕ ਮਿੰਟ
यार भलवान जी तुहानू मैं नहीं करा जगदीश जी साढ़े को पहुंचे बहुत धन्यवाद अडीक कर रहे सी मेरे भरा दी ਬਾਜਵਾ ਕਲਾ ਤੇ ਕਾਲੂ ਸ਼ੱਕ ਇਹ ਤਿਆਰ ਆ ਵੀ ਅਗਲੀ ਕੁਸ਼ਤੀ ਦੇ ਪਹਿਲਵਾਨ ਇੱਕ ਕੁਸ਼ਤੀ ਖਤਮ ਹੋਵੇਗੀ ਨਾਲ ਹੀ ਭਲਵਾਨ ਜੀ ਤੁਸੀਂ ਵੀ ਤਿਆਰੀ ਕਰਦੇ ਨਹੀਂ ਤੇ ਬੱਲੇ ਬੱਲੇ ਹੁੰਦੀ ਪਈ ਕੁਸ਼ਤੀ ਦੀ ਕੁਸ਼ਤੀ ਬਹੁਤ ਤੇਜ਼ ਤਰ੍ਹਾਂ ਰਬੀ ਰਾਜੇ ਵੀਰੇ ਕੁਸ਼ਤੀ ਦੇ ਨਿਗਾਹ ਟਿਕਾ ਲਓ ਸਾਡੇ ਰਾਜਾ ਵਲੈਤੀਆ ਉਹਦੇ ਸਾਡੇ ਸੁਲੱਖਣ ਭਾਜੀ ਹੁਣੀ ਸਾਡੇ ਵਪਾਰੀ ਸਾਹਿਬ ਨਜ਼ਦੀਕੀ ਨਗਰ ਭੋਜਪੁਰ ਤੋਂ ਪੰਜਾਬੀ ਬੋਲਾਂ ਦਾ ਵੱਡਾ ਮਾਣ ਤੇ ਪਿਆਰ ਭੇਜਦੇ ਧੰਨਵਾਦ ਰੱਖਾਂਗੇ ਨਾ ਸਾਡਾ ਚਰਨਜੀਤ ਚੰਨੀ ਘੁਵਾੜ ਕਲਾਂ ਤੇ ਨਾ ਸਾਡੇ ਵਿਜੇ ਭਾਜੀ ਹੁਣੀ ਪੰਜਾਬ ਬਿਜਲੀ ਬੋਰਡ ਖਾੜਾ ਮਹਿਤਪੁਰ ਤੋਂ ਪੁੱਛੋ ਚੱਲਦੀ ਪਈ ਵੀ ਜ਼ਿਕਰ ਜ਼ਰੂਰੀ ਹੁੰਦਾ ਕੁਸ਼ਤੀ ਤੇ ਭਲਵਾਨੀ ਦਾ ਆਂਜਤਾ ਮਿੱਤਰੋ ਸਭ ਤੇ ਪਤਾ ਜਵਾਨੀ ਆਉਂਦੀ ਏ ਪਰ ਟਾਵੇਂ ਟਾਵੇਂ ਗੱਭਰੂ ਪਾਉਂਦੇ ਮੁੱਲ ਜਵਾਨੀ ਦਾ ਕੀ ਡੰਡ ਬੈਠਕਾਂ ਲਾ ਕੇ ਯੂਸਾ ਕੈਂਪ ਬਣਾਉਣਾ ਪੈਂਦਾ ਮੰਜ਼ਲਾਂ ਵਾਲਾ ਰਸਤਾ ਹੁੰਦਾ ਕਦੋਂ ਆਸਾਨੀ ਦਾ ਸੋਨੂ ਕਰਨਗੜ ਵਾਲਿਆ ਮੁੱਲ ਪੈ ਜੂ ਫਿਰ ਲੱਖਾਂ ਚ ਪਹਿਲਾਂ ਵੇਖ ਸਮਝ ਕੇ ਮੁੱਲ ਜਵਾਨੀ ਦਾ ਪਹਿਲਾਂ ਵੇਖ ਸਮਝ ਕੇ ਮੁੱਲ ਜਵਾਨੀ ਦਾ ਹੈਲੋ ਕਾਰਨ ਬਾਜਵਾ ਕਲਾ ਤੇ ਕਾਲੂ ਸ਼ਾਹਕੋਟ ਇਹ ਭਲਵਾਨ ਜੀ ਨਾਲ ਹੀ ਖਾੜੇ ਚਾਹੁੰਦੇ ਅਗਲੀ ਕੁਸ਼ਤੀ ਵਾਸਤੇ ਮੈਂ ਫਿਰ ਮੱਲ ਸਾਹਿਬਾਨ ਨੂੰ ਬੇਨਤੀ ਕਰਾਂ ਪ੍ਰਬੰਧਕਾਂ ਨੂੰ ਜਿਹੜੇ ਕੋਚ ਨੇ ਘੋਲ ਕਰਾਉਂਦੇ ਪਏ ਨੇ ਉਹਨਾਂ ਨੂੰ ਫਿਰ ਬੇਨਤੀ ਕਰਾਂ ਕਿ ਉਹ ਸਾਡੇ ਲਾਗੇ ਘੋਲ ਲਈ ਆਉਂਦੇ ਨੇ ਜਿਹੜੇ ਟਾਹਲੀ ਥੱਲੇ ਲੋਕ ਬੈਠੇ ਨੇ ਬੜੀ ਦੂਰ ਨੇ ਜੇ ਸੈਂਟਰ ਵਿੱਚ ਘੋਲ ਲੈ ਜਾਣ ਤਾਂ ਬੜਾ ਚੰਗਾ ਹੋਵੇਗਾ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਦੇਖ ਸਕੇ ਲੇਕਿਨ ਸਾਡਾ ਵੀ ਖਤਰਾ ਦੂਰ ਹੋ ਜਾਵੇ ਅਤੇ ਮੈਂ ਇਹ ਚਾਹੁੰਦਾ ਕਿ ਸਾਰਿਆਂ ਨੂੰ ਸਹੀ ਸਲਾਮਤ ਦਿਸੇ ਔਰ ਮੱਲ ਸਾਹਿਬਾਨ ਖੁੱਲ੍ਹ ਕੇ ਘੁਲਣ ਪਰ ਘੁਲਣ ਪਿੰਡ ਦੇ ਵਿਚਾਲੇ ਇਹ ਮੇਰੀ ਬੇਨਤੀ ਹੈ ਮੁਕਾਬਲੇ ਖੜੇ ਪਾਤਸ਼ਾਹ ਸਾਹਿਬ ਚੱਲਦੇ ਪਏ ਹੈਰ ਕਹਿੰਦੇ ਵੀ ਬੱਲੇ ਬੱਲੇ ਹੁੰਦੀ ਪਈ ਕੁਸ਼ਤੀ ਦੀ ਕਹਿੰਦਾ ਚਿੰਨ ਭੋਰੀ ਨਹੀਂ ਆਉਂਦੀ ਨਾ ਲਾਇਓ ਕਿਸੇ ਨਾਲ ਜਾਰੀ ਤਿੰਨੇ ਚੰਡੇ ਕੰਮ ਆਉਂਦੇ ਆ ਚੇਲਾ ਖੁਰਪਾ ਤੇ ਖਿਡਾਰੀ ਤਿੰਨੇ ਚੰਡੇ ਕੰਮ ਆਉਂਦੇ ਆ ਬਹੁਤ ਵਧੀਆ ਕੁਸ਼ਤੀ ਚੱਲਦੀ ਪਈ ਹੈਰ ਕਹਿੰਦੇ ਵੀ ਬੱਲੇ ਬੱਲੇ ਹੁੰਦੀ ਪਈ ਕੁਸ਼ਤੀ ਦੀ ਉਧਰ ਸਾਡੇ ਗੁਰੂ ਜੀ ਭੀਮਾ ਪਹਿਲਵਾਨ ਜੀ ਉਸਤਾਦ ਜੀ ਤਦਰੋਂ ਵੱਡੇ ਸਤਿਕਾਰ ਦੇ ਵੱਡੇ ਧੰਨਵਾਦ ਆ ਜੀ ਇਹਨਾਂ ਦੀ ਬਦੌਲਤੀ ਬਾਬਾ ਜੀ ਰੱਬ ਵਰਗੇ ਸਰੋਤਿਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਕਿਉਂਕਿ ਸਰਦਾਰ ਜਗਦੀਸ਼ ਸਿੰਘ ਜੀ ਨਾਲ ਕੋਲ ਕੁਛ ਸਮਾਂ ਪਹਿਲਾਂ ਭਲਵਾਨੀ ਸ਼ੁਰੂ ਕੀਤੀ ਬਾਬਾ ਜੀ ਦੀ ਕਿਰਪਾ ਹੋਈ ਫਿਰ ਮੈਂ ਕਿਹਾ ਅੱਜ ਜਿਹੜੇ ਨਾਮਵਰ ਦੰਗਲ ਹਰ ਇੱਕ ਦੰਗਲ 'ਚ ਰੱਬ ਵਰਗੇ ਸਰੋਤਿਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਉਹਦੇ ਨਾਲ ਜਗਦੀਸ਼ ਸਿੰਘ ਜੀ ਪ੍ਰਧਾਨ ਸਾਹਿਬ ਬਾਜਵਾ ਖੁਰਦ ਹਰ ਸਾਲ ਕਹਿੰਦੇ ਵੱਡੇ ਪੱਧਰ 'ਤੇ ਜਿਹੜਾ ਬਾਜਵਾ ਖੁਰਦ ਦੰਗਲ ਕਰਾਉਂਦੇ ਨੇ ਜਿੱਥੇ ਚੋਟੀ ਦੇ ਮੱਲ ਬੁਲਾਉਂਦੇ ਨੇ ਇਹਨਾਂ ਦਾ ਵੀ ਤੈਨੂੰ ਧੰਨਵਾਦ ਰੱਖਾਂਗੇ ਅੱਜ ਸਾਲਾਪੁਰ ਦੀ ਧਰਤੀ ਤੇ ਗੱਲ ਬਾਬਾ ਜੀ ਹੁਣਾਂ ਨਾਲ ਵੀ ਬਹੁਤ ਹੀ ਇਹਨਾਂ ਦਾ ਪਿਆਰ ਆ ਬਹੁਤ ਹੀ ਸਤਿਕਾਰ ਆ ਬਾਬਾ ਜੀ ਦਾ ਸਾਡੇ ਬਾਬਾ ਜੀ ਬਲਦੇਵ ਰਾਜ ਜੀ ਸਾਬਕਾ ਸਰਪੰਚ ਸਾਹਿਬ ਤਹਿ ਦਿਲੋਂ ਧੰਨਵਾਦ ਆ ਜੀ ਅੱਜ ਦੇ ਕੁਸ਼ਤੀ ਵੀ ਬੱਲੇ ਬੱਲੇ ਹੁੰਦੀ ਪਈ ਕੁਸ਼ਤੀ ਦੀ ਬਹੁਤ ਹੀ ਤਕੜਾ ਮੁਕਾਬਲਾ ਕੱਲ ਨੂੰ ਤਿਆਰੀ ਆ ਕਾਕੇ ਕਾਲੂ ਸ਼ਾਹਕੋਟ ਤੇ ਕਰਨ ਬਾਜਵਾ ਕਲਾ ਇਹ ਜਦੋਂ ਕਿ ਨਹੀਂ ਕਈ ਵਾਰੀ ਇਹ ਬਿੰਦੇ ਬਾਜਵਾ ਵਾਲੇ ਦਾ ਭੁਲੇਖਾ ਪੈਂਦਾ ਬਿੰਦੇ ਦਾ ਭਤੀਜਾ ਲਭਾਏ ਭਲਵਾਨ ਦਾ ਪੁੱਤਰ ਆ ਪਾਲੇ ਦਾ ਭਤੀਜਾ ਇਹਨੂੰ ਵੀ ਕਹਿੰਦੇ ਵਿਰਸੇ ਜੋ ਮਿਲੀ ਏ ਮੱਲੀ ਸਾਧੂ ਨੂੰ ਹਰ ਕੋਈ ਜਾਣਦਾ ਸੀ ਇਹਦੇ ਸਾਧੂ ਦਾ ਪੁੱਤਰ ਆ ਇਹਦੀ ਵੀ ਕੁਸ਼ਤੀ ਵੇਖਣ ਜੋਗੇ ਨਜ਼ਦੀਕੀ ਨਗਰ ਆ ਬਾਜਵਾ ਕਲਾ ਇੱਧਰ ਵੀ ਕਹਿੰਦੇ ਬੱਲੇ ਬੱਲੇ ਹੁੰਦੀ ਪਈ ਕੁਸ਼ਤੀ ਦੀ ਇੱਕ ਬੰਨੇ ਸ਼ਹਿਜਾਦਾ ਦੇ ਨਾਲ ਮੁਕੱਦਰ ਇਸ ਦਾਰੋ ਭਰਾ ਜੀ ਕੁਸ਼ਤੀ ਆ ਜਾਓ ਭਰਾ ਜੀ ਆ ਜਾਓ ਲੈ ਵੀ ਕਰਨ ਹੱਥ ਖੜਾ ਕਰਦੇ ਵੀ ਲਭਾਏ ਭਲਵਾਨ ਦਾ ਪੁੱਤਰ ਆ ਇਹ ਬਾਜਵਾ ਕਲਾ ਨਗਰ ਜਿੱਥੋਂ ਸਾਡੇ ਸਰਪੰਚ ਸਾਹਿਬ ਬਲਦੇਵ ਸਿੰਘ ਜੀ ਸਰਪੰਚ ਸਾਹਿਬ ਦੇ ਨਗਰ ਦਾ ਪਹਿਲਵਾਨ ਹੈ ਕੁਸ਼ਤੀ ਲਾਵੇਗਾ
ਨਾਲ ਕਾਲੂ ਪਹਿਲਵਾਨ ਕਾਲੂ ਹੱਥਕੜਾ ਕਲਬੀ ਸ਼ਾਹਕੋਟ ਇਹ ਜਿਹੜੀ ਸਾਹਮਣੇ ਕੁਸ਼ਤੀ ਸ਼ੁਰੂ ਹੋਣ ਜਾ ਰਹੀ ਹੈ ਜੀ ਰਾਜਾ ਮੈਦਪੁਰ ਤੇ ਹੀਰਾ ਨਵਾਂ ਪਿੰਡ ਕਾਲੀਆਂ ਇਹਦੇ ਨਾਲ ਹੀ ਭਲਵਾਨ ਜੀ ਤਿਆਰੀ ਖਿੱਚਣਗੇ ਇਹ ਅਗਲੀ ਕੁਸ਼ਤੀ ਦੇ ਪਹਿਲਵਾਨ ਹੋਣਗੇ ਬਹੁਤ ਵਧੀਆ ਮੁਕਾਬਲੇ ਚੱਲਦੇ ਪਏ ਆ ਸਾਰੇ ਪਾਤਸ਼ਾਹ ਸਾਰੇ ਵਿੱਚ ਆਣ ਕੇ ਬੱਲੇ ਬੱਲੇ ਹੁੰਦੀ ਪਈ ਬਹੁਤ ਤਕੜੇ ਮੁਕਾਬਲੇ ਜੀ ਜਕਾਰਾ ਅਲੀ ਸ਼ਰਮਾ ਜੀ ਦਾ ਅਲੀ ਅਲੀ ਬਾਈ ਜੋਸ਼ ਭਰਦਾ ਸੀ ਅਲੀ ਜੋ ਨਾਂ ਲੈਂਦੇ ਸੀ ਅਲੀ ਅਲੀ ਦਾ ਨਾਮ ਧਿਆਉਂਦੇ ਸੀ ਤੇ ਜਿੱਤਾਂ ਹਾਸਲ ਕਰਦੇ ਸੀ ਉਹਦੇ ਸਾਡੇ ਚਾਚਾ ਜੀ ਜੀਤਾ ਪਹਿਲਵਾਨ ਜੀ ਚਾਚਾ ਜੀ ਕੋਲ ਸੰਗਤਾਂ ਦਾ ਫਤਿਹ ਸਾਂਝੀ ਕਰੋ ਰੋਸਤ ਮਹਿੰਦ ਪਹਿਲਵਾਨ ਮੇਰਦਿਨ ਜੀ ਦਾ ਛੋਟਾ ਵੀਰ ਪੁੱਜਾ ਸਾਡਾ ਚਾਚਾ ਜੀਤਾ ਪਹਿਲਵਾਨ ਜੀ ਜੀਤਾ ਪਹਿਲਵਾਨ ਜੀ ਖਾੜੇ ਪਾਤਸ਼ਾਹ ਸਾਹਿਬ ਚ ਸਿੱਧ ਪਹਿਲਵਾਨ ਹੋਏ ਨੇ ਮੈਨੂੰ ਲੱਖਾ ਪਹਿਲਵਾਨ ਗੱਲ ਸੁਣਾਉਂਦਾ ਸੀ ਕਿਉਂ ਲੱਖਾ ਪਹਿਲਵਾਨ ਜੀ ਕਹਿੰਦੇ ਕੋਈ ਪਹਿਲਵਾਨ ਸੀਗਾ ਪਹਿਲਵਾਨ ਰੋਸਤ ਮਹਿੰਦ ਪਹਿਲਵਾਨ ਮੇਰਦਿਨਾ ਢੋਲੀ ਵੀਰ ਇੱਕ ਮਿੰਟ ਹੈਲੋ ਢੋਲ ਵਾਲੇ ਵੀਰ ਇੱਕ ਮਿੰਟ ਭਾਜੀ ਮਾੜੇ ਆ ਤਾਲਮੇਲ ਥੋੜਾ ਬਣਾਓ ਇੱਕ ਮਿੰਟ ਰੁਕੋ ਇਹ ਨੇ ਸਾਡੇ ਚਾਚਾ ਜੀਤਾ ਪਹਿਲਵਾਨ ਜੀ ਰਾਜਸਥਾਨ ਦੀ ਧਰਤੀ ਦੇ ਬੱਲੇ ਬੱਲੇ ਹੋਈ ਆਪਣੇ ਸਮੇਂ ਚੋਟੀ ਦੇ ਮਲ ਚਿੱਤ ਕੀਤੇ ਤਾੜੀ ਮਾਰੋ ਚਾਚੇ ਵਾਸਤੇ ਇੱਕ ਵਾਰੀ ਰੁਸਤ ਮਹਿੰਦ ਪਹਿਲਵਾਨ ਮੇਰਦੀਨ ਦਾ ਛੋਟਾ ਵੀਰ ਪੁੱਜਾ ਵੀ ਇਹ ਲੱਖਾ ਪਹਿਲਵਾਨ ਜੀ ਮੈਨੂੰ ਜਾਣਕਾਰੀ ਦਿੰਦੇ ਸੀ ਕੋਈ ਪਹਿਲਵਾਨ ਸੀ ਕਹਿੰਦੇ ਵੀ ਰੁਸਤ ਮਹਿੰਦ ਪਹਿਲਵਾਨ ਮੇਰਦੀਨ ਨਾਲ ਕੁਸ਼ਤੀ ਲਾਉਣ ਵਾਸਤੇ ਤਿਆਰੀ ਕਰਦਾ ਸੀ ਪਰ ਚਾਚੇ ਨੇ ਚਾਰ ਪੰਜ ਮਿੰਟ ਵਿੱਚ ਚਿੱਤ ਕਰਤਾ ਕਿਉਂ ਚਾਚਾ ਜੀ ਮੈਂ ਨਾਂ ਨਹੀਂ ਲੈਣਾ ਪਹਿਲਵਾਨ ਦਾ ਪਹਿਲਵਾਨ ਹੁਣ ਵੀ ਜੀਦਾ ਜਗਦਾ ਕਿਉਂ ਲੱਖਾ ਪਹਿਲਵਾਨ ਜੀ ਹਾਂਜੀ ਰੌਣੀ ਵਾਲਾ ਅਮਰੀਕ ਜੀ ਅਮਰੀਕ ਰੌਣੀ ਵਾਲਾ ਪਹਿਲਵਾਨ ਜੀ ਨਾਲ ਕੁਸ਼ਤੀ ਲਾਉਣ ਨੂੰ ਤਿਆਰੀ ਕਰਦਾ ਸੀ ਪਰ ਚਾਚੇ ਨੇ ਚਿੱਤ ਕਰ ਦਿੱਤਾ ਕਿਉਂ ਚਾਚਾ ਜੀ ਚਾਰ ਪੰਜ ਮਿੰਟ ਵਿੱਚ ਪਿੰਡ ਦੇ ਲਾਗੇ ਜਾ ਕੇ ਬੱਲੇ ਬੱਲੇ ਵੀ ਰਾਜਾ ਮੈਦਪੁਰ ਤੇ ਹੀਰਾ ਨਵਾਂ ਪਿੰਡ ਕਾਲੀਆਂ ਇਹ ਵੀ ਨਾਲ ਹੀ ਪਹਿਲਵਾਨ ਜੀ ਤਿਆਰੀ ਕਰ ਲਓ ਮਾਟਾ ਪਾਲੋ ਕੀ ਤੇ ਜੀਤਾ ਅੰਗਾ ਕੀੜੀ ਇਹ ਵੀ ਨਾਲ ਹੀ ਪਹਿਲਵਾਨ ਜੀ ਤਿਆਰੀ ਕਰਨਗੇ ਅਗਲੀ ਕੁਸ਼ਤੀ ਦੇ ਪਹਿਲਵਾਨ ਨੇ ਵੀ ਬਹੁਤ ਵਧੀਆ ਮੁਕਾਬਲੇ ਚੱਲਦੇ ਪਏ ਉਹਦੇ ਸਾਡੇ ਬੰਸਾ ਪਹਿਲਵਾਨ ਜੀ ਪੁੱਜੇ ਨੇ ਇਹਨਾਂ ਨੇ ਵੀ ਆਪਣੇ ਸਮੇਂ ਦੇ ਵਿੱਚ ਬੱਲੇ ਬੱਲੇ ਕਰਾਈ ਆ ਵੀ ਚੋਟੀ ਦੇ ਮਲ ਜਿਹੜੇ ਚਿੱਤ ਕੀਤੇ ਨੇ ਬੰਸਾ ਪਹਿਲਵਾਨ ਜੀ ਤਹਿ ਦੇਵੋ ਧੰਨਵਾਦ ਆ ਜੀ ਰਾਜਾ ਮੈਦਪੁਰ ਤੇ ਹੀਰਾ ਨਵਾਂ ਪਿੰਡ ਕਾਲੀਆਂ ਨਾਲ ਹੀ ਤਿਆਰੀ ਕਰਨਗੇ ਵੀ ਸਰਦਾਰ ਦਰਸ਼ਨ ਸਿੰਘ ਜੀ ਕਾਮਰੇਡ ਸਾਹਿਬ ਧੰਨਵਾਦ ਆ ਤੁਹਾਡਾ ਵੀ ਆਪਣੇ ਸਮੇਂ ਦੇ ਵਿੱਚ ਕਹਿੰਦੇ ਵੀ ਸਿਆਸਤ ਵਿੱਚ ਵੀ ਵੱਡਾ ਨਾਂ ਇਹਨਾਂ ਦਾ ਦਰਸ਼ਨ ਸਿੰਘ ਕਾਮਰੇਡ ਧੰਨਵਾਦ ਆ ਉੱਧਰ ਸਾਡੇ ਬਲਦੇਵ ਸਿੰਘ ਸਰਪੰਚ ਸਾਹਿਬ ਬਾਜਵਾ ਕਲਾਂ ਸਾਡੇ ਅਮਰਜੀਤ ਸਿੰਘ ਜੀ ਲੰਬਰਦਾਰ ਜੀ ਸਾਲਾਪੁਰ ਵਿਸ਼ੇਸ਼ ਤੌਰ ਤੇ ਧੰਨਵਾਦ ਰੱਖਾਂਗੇ ਸਾਰੇ ਭਰਾਵਾਂ ਦਾ ਅੱਜ ਦੇ ਕਹਿੰਦੇ ਵੀ ਬੱਲੇ ਬੱਲੇ ਹੁੰਦੀ ਪਈ ਅੱਜ ਦੇ ਸਾਡੇ ਜਗਦੀਪ ਸਿੰਘ ਜੀ ਪ੍ਰਧਾਨ ਸਾਹਿਬ ਬਾਜਵਾ ਖੁਰਦ ਅੱਜ ਕਹਿੰਦੇ ਵੀ ਐਨ ਬੱਲੇ ਬੱਲੇ ਕਰਾਉਂਦੇ ਹੋਏ ਸਾਹਮਣੇ ਕੁਸ਼ਤੀ ਭਲਾਈ 3 ਜਾਂ 4 ਮਿੰਟ ਹੀ ਹੋਏ ਹਨ ਚੱਲਦੇ ਨੂੰ ਕਿੰਨਾ ਟਾਈਮ ਹੋਇਆ ਤੁਹਾਡੇ 6 ਮਿੰਟ ਹੋ ਗਈ ਆ 6 ਮਿੰਟ ਹੋਈ ਭਲਵਾਨ ਜੀ ਮੈਂ ਢੋਲਾ ਪਹਿਲਵਾਨ ਜੀ ਨੂੰ ਬੇਨਤੀ ਕਰਾਂ ਦੇਖੋ ਤੁਸੀਂ ਫਿਰ ਗੁੱਠ ਵਿੱਚ ਨੂੰ ਲਈ ਜਾਂਦੇ ਹੋ ਪਹਿਲਵਾਨਾਂ ਨੂੰ ਦੇਖੋ ਇਸ ਗੱਲ ਦਾ ਗੌਰ ਕਰੋ ਮੇਰਾ 5ਵੀਂ 6ਵੀਂ ਵਾਰੀ ਦੀ ਬੇਨਤੀ ਹੈ ਉੱਧਰ ਪਿੱਛੇ ਸੰਗਤ ਵੱਲ ਨਜ਼ਰ ਮਾਰੋ ਕਿੰਨੀ ਦੂਰ ਰਹਿ ਗਈ ਆ ਤੁਸੀਂ ਸੈਂਟਰ ਨੂੰ ਆਪ ਸਿਆਣੋ ਸੈਂਟਰ ਕਿੱਥੇ ਬਣਦਾ ਹੈ ਪਿੰਡ ਦਾ ਸੈਂਟਰ ਕਿੱਥੇ ਆਉਂਦਾ ਉੱਥੇ ਘੋਲ ਕਰਾਓ ਮੇਰੀ ਬੇਨਤੀ ਨੂੰ ਮੰਨੋ ਹੋਰ ਅੱਗੇ ਲੈ ਜਾਓ ਪਰਾਂ ਨੂੰ ਲੈ ਜਾਓ ਦੂਸਰੀ ਸੰਗਤ ਨੂੰ ਕਾਰ ਵਾਲਿਆਂ ਨੂੰ ਵੀ ਦੇਖਣਾ ਚਾਹੀਦਾ ਸਾਡੇ ਲਾਗੇ ਨਹੀਂ ਅਸੀਂ ਵੀ ਦੇਖਾਂਗੇ ਦੂਰੋਂ ਦੇਖਾਂਗੇ ਪਿੰਡ ਦੇ ਸੈਂਟਰ ਵਿੱਚ ਘੋਲ ਕਰਾਓ ਮੈਂ ਪ੍ਰਬੰਧਕਾਂ ਨੂੰ ਬੇਨਤੀ ਕਰਾਂਗਾ ਮੈਂ ਮਾਲ ਸਾਹਿਬਾਨ ਨੂੰ ਨਹੀਂ ਕਵਾਂਗਾ ਪ੍ਰਬੰਧਕਾਂ ਨੂੰ ਕਵਾਂਗਾ ਕੋਚ ਨੂੰ ਕਵਾਂਗਾ ਇਸ ਬੇਨਤੀ ਨੂੰ ਸਵੀਕਾਰ ਕਰੋ ਮੱਖਣ ਸੈਂਟਰ 'ਚ ਘੋਲ ਕਰਾਉਣੇ ਉੱਧਰ ਲੈ ਕੇ ਜਾਓ ਜਕਾਰਾ ਛਿੰਝਾਂ ਵਾਲੇ ਪੀਰ ਦਾ ਬੋਲ ਸੱਚੇ ਦਰਬਾਰ ਕੀ ਜਾ ਹਾਂਜੀ ਕੁਸ਼ਤੀ ਖਾੜੇ ਪਾਤਸ਼ਾਹ ਸਾਹਿਬ ਵਿੱਚ ਕਾਲ ਲੈ ਕੇ ਆਓ ਸੈਰ ਤੇ ਕੁਸ਼ਤੀਆਂ ਲਓ ਜੀ ਰਾਜਾ ਮੈਦਪੁਰ ਤੇ ਹੀਰਾ ਨਵਾਂ ਪਿੰਡ ਕਾਲੀਆਂ ਵੀ ਨਾਲ ਹੀ ਤਿਆਰੀ ਕਰਨਗੇ ਕੁਸ਼ਤੀ ਖੁੱਲੀ ਕਰ ਦਿਓ ਮਾਜੀ ਜੀ ਭਾਜੀ ਇੱਧਰ ਕੁਸ਼ਤੀ ਲਿਆਓ ਲਾਗੇ ਸਟੇਜ ਵਾਲੇ ਬੰਨੇ ਲਿਆਓ ਹਾਜ਼ਮੀ ਕਰੋ ਕੁਸ਼ਤੀ ਖੁੱਲੀ ਜੀ ਬਹੁਤ ਵਧੀਆ ਮੁਕਾਬਲੇ ਚੱਲਦੇ ਪਏ ਐਨ ਕਹਿੰਦੇ ਵੀ ਬੱਲੇ ਬੱਲੇ ਹੁੰਦੀ ਪਈ ਕੁਸ਼ਤੀ ਦੀ ਬਹੁਤ ਹੀ ਤੇਜ਼ ਤਰ੍ਹਾਂ ਕੁਸ਼ਤੀ ਆ ਵੀ ਐਨ ਕਹਿੰਦੇ ਵੀ ਕੁੰਡੀਆਂ ਦੇ ਸਿੰਘ ਫਦੇ ਪਏ ਸੁਲੱਖਣ ਭਾਜੀ ਆਪਣੇ ਨਗਰ ਭੋਜਪੁਰ ਦੇ ਮਾਲਕ ਨੇ ਤਿਆਰ ਹੋ ਰਿਹਾ ਮੁੰਡਾ ਹਰੀਸ਼ਮ ਭਾਜੀ ਦਾ ਮੁੰਡਾ ਪ੍ਰਿੰਸ ਇਹਨੂੰ ਵੀ ਸ਼ੌਕ ਜਾਗਿਆ ਕਹਿੰਦੇ ਵੀ ਪਾਤਲ ਕਰ ਹਾਂ ਸੁਲੱਖਣ ਭਾਜੀ ਕਹਿੰਦਾ ਖੁਰਾਕ ਤੇ ਲਗੋਟਾ ਮੈਂ ਲੈ ਕੇ ਦੇਣਾ ਇਹਨੂੰ ਠੀਕ ਆ ਸੁਲੱਖਣ ਭਾਜੀ ਕਹਿੰਦੇ ਵੀ ਇਬਾਦਤ ਕਰ
बात इबादत करने से बनती है, किसी की आज बनती है तो किसी की कल बनती है। इबादत कर, बात इबादत करने से बनती है। बहुत बढ़िया मुकाबले हर कले भी बल्ले बल्ले होती पी कुश्ती दी। दो मुकाबले खड़े पातशाह साहब चलते पे जी। हेलो, टोले कोड बंद करी भी यार। रवि पहलवान शाहकोट, पठा मजीदा पहलवान, खाड़ा श्री हनुमा श्री मेहरदीन पहलवान, बेचावे फरंगी पहलवान का शिकर दिया। रवि पहलवान शंकर वाले फरंगी पहलवान का शिकर दिया। जोर करदा भगवान जी दे कोल नजीर पहलवान, नजीर पहलवान मैदपुर ते खाड़ा बिशनपुर, इन्हों की पढ़ के कुश्ती होनी है। ताड़ी मार दो भाई। हाँ जी, बहुत वधिया मुकाबले। माझे हाथ खड़ा कर भी माझा पा लो कि जीता अंगा किड़ी। ये भी नाल जस्सा प्रवान जी कुश्ती शुरू करा दो जी। हैलो भाजी, रैफरी बच्चे हैं जो आप बाबा जी ने कहते किए, बाकी मेरे माड़ा माड़ा सैर से आ जाओ। रैफरी बच्चे रहन जो अपने बाबा जी वालों बेनती है जी। बहुत वधिया कुश्तियां चल दया पे, मुकाबले भी हैं, तीन मुकाबले चलते पे जी। राजा मैदपुर उदो सा गुरु जी लहिंबर सिंह जी पहलवान जाजेद मैं पुजंग अखाड़ा, धन धन बाबा बीर सिंह जी नवा पिंड अकालिया। हाँ जी भलवान जी, इतने सेंटर से लैके आओ, सही जगह ना चलो, स्टेज के सामने आओ। बहुत वधिया मुकाबले खाड़े पातशाह साहब चलते पे हैं, कहते भी बल्ले बल्ले होंगी पी कुश्ती दी। बहुत तगड़ी कुश्ती खाड़े पातशाह साहब के। राजा मैदपुर से हीरा नवा पेंड अकालिया, हाँ भी नाल ही भलवान जी तैयारी खिंचण गए, अगली कुश्ती ये मल हो गए। कहना डिग डे कोसते दलेर सोने राजे नाल ही खड़े जाओ। राजा पहलवान से हीरा नवा पेंड अकालिया, ये कुश्ती सजा दो जी बराबर। हाँ जी भलवान जी, पलैर से कराओ तो भलवान जी, भलवान जी ने कहते पलैर से करा दो मिनट का टाइम देकर, दो मिनट का टाइम देकर भलवान जी कहते पलैर से करा दो कुश्ती। हाँ जी, क्लास सामने रही थी। हाँ जी, बहुत वधिया कुश्ती चलती पी खाड़े पातशाह साहब विच, मोहित ते नाल करन पहलवान, इधर भी कालू ते करन बाजवा कला वाला। चार मिनट बाकी है जी, छे मिनट कुश्ती होगी, चार मिनट बाकी है भलवान जी। बहुत वधिया बल्ले 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 भी आया पहलवान के लिए भी, अखाड़ा श्री हनुमान भीमे पहलवान के खाड़े का मल सामने जी कुश्ती चलती पी करन पहलवान बाजवा कला ते नाल कहते भी कालू पहलवान शाहकोट के दरम्यान जो सामने मुकाबला चलता पाया, एन कहते भी बल्ले बल्ले होंगी पी कुश्ती की। कुश्ती तो ला पहलवान जी काले कर लिया चलो कहते जी। मुकाबले चलते पे। हाँ जी, उधर जा चलो सैर से, फरीद को हटमी कर लो भाजी। कहना दर्शकों का मित्र पीर बजदा, सखी सुल्तान का खाड़े विच ढोल बजदा, कोश्ती विच जदों भी हल्ला बजदा, बाहर खड़िया का मजीदिया बड़ा जोर लगता। आज जोर से जवानी भरती पई, ऐन कहते भी बल्ले बल्ले होंगी पी कुश्ती की। बहुत तगड़ा मुकाबला चलता पाया भी, कहना डिग डे घोसते दलेर सोने, इरादिया के पक्के हौसले भी छरदे, जिन्हां तीतां विच हारां देखियां उही फूचना दे विच झंडे करदे, मूंह दे उत्ते दिंदे लोक हल्लाई शेरियां,
ਬੈਕ ਪਿੱਛੇ ਕਾਏ ਹੁੰਦੇ ਥੱਲੇ ਲਾਉਣ ਨੂੰ ਮਿਹਨਤਾਂ ਦੀ ਸੂਈ ਰੱਖ ਟੱਕ ਉੱਤੇ ਨੀਲੀ ਛੱਤ ਵਾਲਾ ਬੈਠਾ ਗੱਲ ਸਿਰੇ ਲਾਉਣ ਨੂੰ ਨੀਲੀ ਛੱਤ ਵਾਲਾ ਬੈਠਾ ਗੱਲ ਸਿਰੇ ਲਾਉਣ ਨੂੰ ਬਹੁਤ ਵਧੀਆ ਮੁਕਾਬਲਾ ਖਾਦੇ ਪਾਤਸ਼ਾਹ ਸਾਹਿਬ ਚੱਲਦਾ ਪਿਆ ਐਨ ਕਹਿੰਦੇ ਵੀ ਬੱਲੇ ਬੱਲੇ ਹੁੰਦੀ ਪਈ ਕੁਸ਼ਤੀ ਦੀ ਐਨ ਕਹਿੰਦੇ ਵੀ ਟੱਕਰ ਬਰਾਬਰ ਆ ਵੀ ਬਹੁਤ ਵਧੀਆ ਕੁਸ਼ਤੀ ਦੀ ਜੇ ਜਾਰ ਦੀਆਂ ਧੁੱਪਾਂ ਦੇ ਵਿੱਚ ਸਰਨਾ ਪੈਂਦਾ ਤਾਂ ਕਿ ਇੱਕ ਤੂਫਾਨਾਂ ਮੂਰੇ ਖੜਨਾ ਪੈਂਦਾ ਸਦਾ ਸ਼ੇਰਾਂ ਵਰਗੀ ਰੱਖ ਜੀਦਾਰੀ ਫਿਰ ਲੜਨਾ ਪੈਂਦਾ ਕੁਝ ਦੁਨੀਆਂ ਤੋਂ ਵੱਖ ਕਰ ਕਾਮਯਾਬੀ ਦਾ ਕੋਕਾ ਚਰਨਾ ਪੈਂਦਾ ਬਣ ਕੇ ਤੇਜ਼ ਤਰਾਰ ਵਾਂਗ ਬਿਜਲੀ ਮਿੱਤਰੋ ਵਰਨਾ ਪੈਂਦਾ ਉਹ ਦੀਪ ਮੱਲੀ ਨਾਲ ਕੰਮ ਸਖਾਲਾ ਦੇ ਤੇ ਜੰਮ ਜੰਮ ਕੇ ਮਰਨਾ ਪੈਂਦਾ ਭੋਲਾ ਪ੍ਰਵਾਨ ਜੀ ਦਾ ਨਿਗਮ ਲਓ ਪ੍ਰਵਾਨ ਜੀ ਹੋਣਾ ਨਾ ਇਹ ਕੁਸ਼ਤੀ ਬਰਾਬਰ ਹੋ ਗਈ ਆ ਜੀ ਕਰਨ ਦੀ ਤੇ ਮੋਹਿਤ ਦੀ ਕੁਸ਼ਤੀ ਬਰਾਬਰ ਆ ਜੀ ਹਾਂਜੀ ਰਾਜਾ ਮਹਿਲਪੁਰ ਤੇ ਹੀਰਾ ਨਵਾਂ ਪਿੰਡ ਕਾਲੀਆਂ ਰਾਜਾ ਪ੍ਰਧਾਨ ਜੀ ਪਰਚੀ ਨਾਲ ਲੈ ਜਾਓ ਆਪਣੀ ਲੈ ਵੀ ਰਾਜੇ ਹੱਥ ਖੜਾ ਕਰ ਵੀ ਰਾਜਾ ਮਹਿਤਪੁਰ ਸੋਮੇ ਪਹਿਲਵਾਨ ਮਹਿਤਪੁਰੀ ਦੇ ਖਾੜੇ ਦਾ ਮਲ ਸੋਮੇ ਭਲਵਾਨ ਦਾ ਪੱਠਾ ਰਾਜਾ ਹੱਥ ਖੜਾ ਕਰੀ ਵੀ ਉੱਚਾ ਜਿਹਾ ਰਾਜਾ ਪ੍ਰਧਾਨ ਜੀ ਆਵਾਜ਼ ਸੁਣਦੀ ਆ ਹੀਰਾ ਪਹਿਲਵਾਨ ਹੀਰਾ ਹੱਥ ਖੜਾ ਕਰ ਵੀ ਉਹ ਹੀਰਾ ਪਹਿਲਵਾਨ ਵਿਰਸੇ ਚੋਂ ਮਿਲੀ ਹੈ ਮਿਲੀ ਖੁਸ਼ੀ ਭਲਵਾਨ ਦਾ ਪੁੱਤਰ ਆ ਤੇ ਲੈਂਬਰ ਸਿੰਘ ਪਹਿਲਵਾਨ ਦੇ ਖਾੜੇ ਦਾ ਮੱਲ ਜਿਹੜੀ ਸਾਹਮਣੇ ਕੁਸ਼ਤੀ ਚੱਲਦੀ ਪਈ ਭਾਜੀ ਬਹੁਤ ਵਧੀਆ ਮੁਕਾਬਲਾ ਵੀ ਜੱਜ ਸ਼ਾਹਕੋਟ ਤੇ ਸ਼ੇਰਾ ਪਹਿਲਵਾਨ ਜੱਜ ਸ਼ਾਹਕੋਟ ਸ਼ੇਰਾ ਪਹਿਲਵਾਨ ਇਹ ਵੀ ਨਾਲ ਤਿਆਰੀ ਕਰਨਗੇ ਜੀ ਸਿਆਫਤ ਉਦੋ ਵਾਲ ਤੇ ਅਵਤਾਰ ਪਹਿਲਵਾਨ ਖਾੜਾ ਨਵਾਂ ਪਿੰਡ ਕਾਲੀਆਂ ਇਹ ਵੀ ਨਾ ਜਾਓ ਜੀ ਖਾੜੇ ਪਾਤਸ਼ਾਹ ਸਾਹਿਬ ਵਿੱਚ ਸ਼ੇਰਾ ਆਪਣੇ ਸ਼ੇਰੇ ਪ੍ਰਧਾਨ ਜੀ ਖਾੜੇ ਚਾਓ ਜੱਜ ਪਹਿਲਵਾਨ ਅਖਾੜਾ ਸ਼੍ਰੀ ਹਨੂਮਾਨ ਸ਼ਾਹਕੋਟ ਇਹ ਭੀਮੇ ਪਹਿਲਵਾਨ ਦੇ ਖਾੜੇ ਦਾ ਮਤਲਬ ਜੱਜ ਹੱਥਕੜਾ ਕਰ ਵੀ ਸ਼ੇਰਾ ਪਹਿਲਵਾਨ ਹਰੀਪੁਰ ਜਿਹੜੀ ਸਾਹਮਣੇ ਕੁਸ਼ਤੀ ਹੋਣ ਜਾ ਰਹੀ ਆ ਜੀ ਅਵਤਾਰ ਪਹਿਲਵਾਨ ਅਖਾੜਾ ਧੰਨ ਧੰਨ ਬਾਬਾ ਵੀਰ ਸਿੰਘ ਜੀ ਨਵਾਂ ਪਿੰਡ ਕਾਲੀਆਂ ਸਿਆਫਤ ਉਦੋ ਵਾਲ ਉਹ ਵੀ ਲਾ ਜਾ ਜੋ ਪ੍ਰਧਾਨ ਜੀ ਭਾਨਾ ਸ਼ਾਹਕੋਟ ਅਜਮੇਰ ਨਵਾਂ ਪਿੰਡ ਕਾਲੀਆਂ ਭਾਨਾ ਸ਼ਾਹਕੋਟ ਤੇ ਅਜਮੇਰ ਨਵਾਂ ਪਿੰਡ ਕਾਲੀਆਂ ਇਹ ਵੀ ਲਾ ਜਾਓ ਪ੍ਰਧਾਨ ਜੀ ਮਨਦੀਪ ਉਦੋ ਵਾਲ ਤੇ ਕਾਕੂ ਨਕੋਦਰ ਸੁੱਖਾ ਬਾਮਣੀਆਂ ਨਾਲ ਮੰਗਾ ਨਕੋਦਰ ਰੰਗਾ ਨਕੋਦਰ ਤੀਰਥ ਸੁਲਤਾਨਪੁਰ ਤੇ ਅਰਸ਼ ਪਹਿਲਵਾਨ ਸ਼ਾਹਕੋਟ ਇਹ ਵੀ ਨਾਲ ਜਾਰੀ ਕਰੋ ਜੀ ਜਸ਼ਨਪ੍ਰੀਤ ਜਗਰਾਵਾਂ ਤੇ ਗੁਰਪ੍ਰੀਤ ਮੋਗਾ ਲੜਕੇ ਦੀ ਕੁਸ਼ਤੀ ਹੋਣੀ ਹੈ ਵੀ ਖਾੜੇ ਚਾਓ ਜੀ ਜਸ਼ਨਪ੍ਰੀਤ ਤੇ ਗੁਰਪ੍ਰੀਤ ਪਹਿਲਵਾਨ ਇਹ ਲੜਕੀਆਂ ਦੀ ਕੁਸ਼ਤੀ ਹੋਣੀ ਹੈ ਜੀ ਖਾੜੇ ਕਾਜੋ ਤੀਰਥ ਸੁਲਤਾਨਪੁਰ ਖਾੜੇ ਚਾਵੇ ਯਾਰ ਅਰਸ਼ ਪਹਿਲਵਾਨ
ਸ਼ਾਹਕੋਟ ਭੋਲਾ ਜਲੰਧਰ ਤੇ ਮਹਿਤਾਬ ਨਵਾਂ ਪਿੰਡ ਕਾਲੀਆਂ ਇਹ ਵੀ ਪ੍ਰਧਾਨ ਜੀ ਨਾਲ ਹੀ ਤਿਆਰੀ ਕਰ ਲਓ ਜੀ ਬਹੁਤ ਵਧੀਆ ਮੁਕਾਬਲੇ ਚੱਲਦੇ ਪਏ ਖਾੜੇ ਪਾਤਸ਼ਾਹ ਸਾਹਿਬ ਦੇ ਵਿੱਚ ਐਨ ਕਹਿੰਦੇ ਵੀ ਬੱਲੇ ਬੱਲੇ ਹੁੰਦੀ ਪਈ ਕੁਸ਼ਤੀ ਦੀ ਉਹਦੇ ਸਾਡੇ ਗੁਰੂ ਜੀ ਲੇਂਬਰ ਸਿੰਘ ਜੀ ਪਹਿਲਵਾਨ ਜੀ ਅਖਾੜਾ ਧੰਨ ਧੰਨ ਬਾਬਾ ਵੀਰ ਸਿੰਘ ਜੀ ਨਵਾਂ ਪਿੰਡ ਕਾਲੀਆਂ ਖਾੜੇ ਦੇ ਸਰਪ੍ਰਸਤ ਉਹ ਵੀ ਸਾਡੇ ਦਰਮਿਆਨ ਪੁੱਜੇ ਨੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਆਖਾਂਗੇ ਜੀ ਤੀਰਥ ਤਕੜਾ ਕਰਾ ਵੀ ਤੀਰਥ ਪਹਿਲਵਾਨ ਆਦਿਸ਼ ਪਹਿਲਵਾਨ ਸ਼ਾਹਕੋਟ ਬਹੁਤ ਵਧੀਆ ਮੁਕਾਬਲੇ ਚੱਲਦੇ ਪਏ ਜੀ ਪਹਿਲਵਾਨ ਨਵਾਂ ਪਿੰਡ ਕਾਲੀਆਂ ਜੀ ਮਨਦੀਪ ਉਤੋਵਾਲ ਦੇ ਕਾਕੂ ਨਕੋਦਰ ਖਾਲੇ ਚ ਆਜੂ ਕਹਿੰਦਾ ਇੰਨਾ ਜ਼ੋਰ ਦੇ ਦਲੇਰੀ ਮੁੰਡੇ ਚੱਕੀ ਫਿਰਦੇ ਸ਼ੌਂਕ ਪਹਿਲਵਾਨੀ ਦਾ ਬਸ ਇੱਕੋ ਰੱਖੀ ਫਿਰਦੇ ਭੋਰਾ ਵੀ ਕਾਨੂੰਨ ਨਾਲ ਇਹਨਾਂ ਗੱਭਰੂ ਜਵਾਨਾਂ ਚ ਰੱਬ ਵਸਦਾ ਵੀ ਆਪ ਇਹਨਾਂ ਪਹਿਲਵਾਨਾਂ ਚ ਦੀਪ ਸਿਆਹ ਤੂੰ ਵੀ ਬੋਲਦੀ ਆ ਚੋਬਰਾਂ ਦੀ ਚੌਹਾਂ ਪਿੰਡਾਂ ਵਿੱਚ ਆਹ ਵੇਖਦਾ ਸਹੀ ਜਵਾਨੀ ਉਤਰੀ ਆ ਕਿਵੇਂ ਸ਼ਿਵਜਾਂ ਵਿੱਚ ਆਹ ਵੇਖਦਾ ਸਹੀ ਜਵਾਨੀ ਉਤਰੀ ਆ ਕਿਵੇਂ ਸ਼ਿਵਜਾਂ ਵਿੱਚ ਭਾਲਾ ਪਹਿਲਵਾਨ ਭਾਨੇ ਪਹਿਲਵਾਨ ਨੂੰ ਬੇਨਤੀ ਆ ਵੀ ਖਾੜੇ ਚਾਵੇ ਅਜਮੇਰ ਪਹਿਲਵਾਨ ਨਵਾਂ ਪਿੰਡ ਕਾਲੀਆਂ ਕਹਿੰਦਾ ਮਾਪੇ ਪਾਲਦੇ ਨੇ ਚਾਵਾਂ ਨਾਲ ਪੁੱਤਾਂ ਨੂੰ ਫਿਰ ਪੁੱਤ ਵੀ ਕਮਾਲ ਕਰਦੇ ਭੁੱਲਦੇ ਮੈਦਾਨਾਂ ਵਿੱਚ ਜਿੰਦ ਜਾਣ ਲਾ ਕੇ ਯਾਰ ਮਿਹਨਤਾਂ ਵੀ ਸਾਰਾ ਸਾਲ ਕਰਦੇ ਖਾਂਦੇ ਖੁੱਲੀਆਂ ਖੁਰਾਕਾਂ ਪੂਰੇ ਹੱਦ ਪਾਉਂਦੇ ਆ ਉਸਤਾਦਾਂ ਦੀ ਤਪੱਸਿਆ ਦਾ ਮੁੱਲ ਪਾਉਂਦੇ ਆ ਭਲਵਾਨ ਜੀ ਪੈਰੇ ਕਹੋ ਯਾਰ ਹੈਲੋ ਤੁਸੀਂ ਬੁਲਾਉਣੇ ਕੌਣ ਬੁਲਾਉਂਦਾ ਬੁਲਾਉਣਾ ਨੂੰ ਕਾਹਲੀ ਤੋਂ ਪਰੇ ਕੋਲ ਕੇ ਹਟੇ ਇਹ ਵਾਲਾ ਜੁੱਟ ਪੁੱਛੋ ਉਹਨਾਂ ਨੂੰ ਕਿੱਥੋਂ ਜਾਂਦੇ ਆ ਜਾਂ ਕਿਸੇ ਦੇ ਉੱਪਰ ਡੇਪਰ ਭਲਾ ਕੀ ਬਣਨਾ ਹੈ ਬੰਦੇ ਉੱਠ ਕੇ ਭੱਜ ਜਾਣਗੇ ਗਲਤ ਗੱਲ ਹੈ ਬਿਲਕੁਲ ਨੀ ਜਿਸ ਬੁਲਾਉਣ ਨੂੰ ਸੁਰਤ ਨੀ ਜਾਂ ਬੁਲਾਉਣ ਵਾਲੇ ਨੂੰ ਸੁਰਤ ਨੀ ਹੋਏ ਕੰਮ ਨਾ ਕਰੇ ਉਹ ਖਾੜੇ ਚਲਾ ਵੜੇ ਜੀ ਨੂੰ ਸਮਝ ਨੀ ਘਲਾਉਣ ਦੀ ਜਾਂ ਘੋਲਣ ਦੀ ਸਾਡੀ ਬੇਨਤੀ ਆ ਇਹ ਬਾਦੋ ਵੀ ਯਾਰ 10 ਵਾਰੀ ਬੇਨਤੀ ਕੀਤੀ ਆ ਇੱਥੇ ਨੂੰ ਦੁਰੇ ਆਉਂਦੇ ਇੱਥੇ ਕਿੰਨਾ ਵੀ ਜ਼ਿਆਦਾ ਚੌਥਾ ਗੋਲ ਵਿੱਚ ਨਹੀਂ ਹੋਣਾ ਚਾਹੀਦਾ ਮੇਰੀ ਬੇਨਤੀ ਆ ਜਿਹੜਾ ਚੌਥਾ ਗੋਲ ਹੋਣ ਸ਼ੁਰੂ ਹੋਇਆ ਬਿਲਕੁਲ ਬੰਦ ਕੀਤਾ ਜਾਵੇ ਤਿੰਨ ਕੁਸ਼ੀ ਤੋਂ ਵੱਧ ਪਿੰਡ ਵਿੱਚ ਕੁਸ਼ੀ ਨਾ ਹੋਵੇ ਟਾਈਮ ਬੜਾ ਸਾਰਿਆਂ ਨੂੰ ਘੁਲਾਵਾਂਗੇ ਬਿਲਕੁਲ ਚੌਥੀ ਕੁਸ਼ੀ ਘੁਲਿਆ ਗਏ ਘੁਲ ਗਿਆ ਕਿਸੇ ਨੂੰ ਨਾਮ ਨਹੀਂ ਮਿਲਣਾ ਇਹ ਸਾਡੀ ਬੇਨਤੀ ਆ ਜੇ ਮਨ ਸਾਹਿਬਾਨ ਸਾਡੀ ਬੇਨਤੀ ਮੰਨਦੇ ਆ ਆਰਾਮ ਨਾਲ ਅਸੀਂ ਸਾਰਿਆਂ ਦਾ ਸਤਿਕਾਰ ਕਰਾਂਗੇ ਕਿਸੇ ਦੇ ਉੱਪਰ ਡਿੱਗ ਜਾਣ ਤਾਂ ਕੀ ਬਣਨਾ ਤੂੰ ਯਾਰ ਇੱਥੇ ਪਰਚੀਆਂ ਪੜੀ ਜਾਂਦਾ ਉਹ ਕਾਹਲੀ ਤੋਂ ਬੜਾ ਚਲੇ ਗਿਆ ਭੁੱਲਦੇ ਭੁੱਲਦੇ ਤੂੰ ਅਨਾਊਂਸਮੈਂਟ ਕਰ ਤੈਨੂੰ ਪਤਾ ਲੱਗੇ ਉਹਨਾਂ ਨੂੰ ਸੁਣੇਗੀ ਘੱਟੋ ਘੱਟ ਆਪਣੇ ਬੰਦੇ ਬੈਠੋ ਆਰਾਮ ਨਾਲ ਬੜਾ ਸਮਾਂ ਪਿਆ ਵਾ ਆਪਣੇ ਆਪ ਦੀ ਸਹਿਜਿਆ ਜਿਹੜਾ ਬਾਹਰ ਨਾ ਹੋ ਮੇਰੇ ਵੀਰ ਦੇ ਖੜੇ ਵਿੱਚ ਕੋਲ ਸ਼ਾਬਾਸ਼ ਦੋ ਦੋ ਭਾਈ ਦਵਿੰਦਰ ਹੈਲੋ ਪ੍ਰਧਾਨ ਜੀ ਰੈਫਰੀ ਨਿਗਾਹ ਟਿਕਾਵੇ ਯਾਰ ਕੁਸ਼ਤੀ ਉਹ ਬਾਹਰ ਜਾਂਦੀ ਆ ਕਿਉਂਕਿ ਅਸੀਂ ਚਾਰ ਛੁਪਿਆ ਦਰਸ਼ਕ ਵੀ ਵੇਖਣੇ ਆ ਆਏ ਗਏ ਵੇਖਣੇ ਆ ਇਹ ਰੈਫਰੀ ਜ਼ਿੰਮੇਵਾਰੀ ਹੈਲੋ ਭਾਨਾ ਸ਼ਾਹਪੁਰ ਦੇ ਅਜਮੇਰ ਨਵਾਂ ਪਿੰਡ ਕਾਲੀਆਂ ਭਲਾ ਜੀ ਤਿਆਰੀ ਖਿੱਚ ਰੱਖੋ ਅਗਲੀ ਕੁਸ਼ਤੀ ਹੋਣੀ ਆ ਸਿਰਫ ਰੈਫਰੀ ਵਿੱਚ ਰਹਿਣ ਕੁਸ਼ਤੀ ਖਾੜੇ ਵਿੱਚ ਹੀ ਮੰਨੀ ਜਾ ਰਹੀ ਆ ਬਾਅਦ ਕੁਸ਼ਤੀ ਦੀ ਕੋਈ ਵੀ ਮੰਨ ਹੋਣੀ ਇਹ ਪ੍ਰਬੰਧਕ ਕਮੇਟੀ ਦਾ ਫੈਸਲਾ ਜੀ ਹੈਲੋ
ਭਈਆ ਮੁੰਡਾ ਸੂਜਲ ਆਇਆ ਵਾ ਸਾਡੇ ਕੋਲ ਫਗਵਾੜੇ ਤੋਂ, ਤੁਸੀਂ ਹੋ ਗਏ ਲੇਟ, ਜੋ ਤੁਹਾਨੂੰ ਦਿੱਤਾ ਲੈ ਲੈਣਾ, ਸਾਡੇ ਕੋਲ ਬਿੰਦੂ ਫਰੰਦੂ ਨਹੀਂ ਕਰਨੀ। ਨਜ਼ੀਰ ਪਹਿਲਵਾਨ, ਨਜ਼ੀਰ ਪਹਿਲਵਾਨ ਆਣ ਕੇ ਹੱਥ ਮਿਲਾਵੇ ਸੂਜਲ ਨਾਲ। ਸੂਜਲ ਚੱਲ ਪਈ ਵਿੱਚ, ਇਹ ਦੋ ਨੰਬਰ ਦਾ ਬੜਕਾ ਆ, ਇੱਕ ਨੰਬਰ ਦਾ ਅਸੀਂ ਖੜ੍ਹ ਚੁੱਕੇ ਹਾਂ। ਸੂਜਲ ਪੰਜ ਮਿੰਟ ਲਓ ਕਰਕੇ, ਤੁਸੀਂ ਤਿਆਰ ਹੋ ਜਾਓ। ਆਹ ਕੋਸੀ ਤੋਂ ਬਾਅਦ ਤੁਹਾਡੀ ਹੋਣੀ ਕੋਸੀ। ਰਵੀ ਤੇ ਦੀਨ ਉਹ ਪੜ ਕੇ ਤੇ ਗੋਟੀ ਹੋਊਗੀ। ਜਾਣਕਾਰੀ ਦੇਣੀ ਚਾਹੁੰਦਾ, ਢੋਲ ਵਾਲੇ ਪਿੰਡ ਬੰਦ ਕਰੀ, ਅਸੀਂ ਕੀ ਦੇਖਦੇ ਹਾਂ, ਜਿਹੜਾ ਲੱਖ ਰੁਪਏ ਦੀ, ਦੋ ਲੱਖ ਤਿੰਨ ਲੱਖ ਰੁਪਏ ਦੀ ਕੋਸੀ ਲੜਦਾ, ਉਹ ਕਹਿੰਦਾ ਮੈਂ ਲਗੋਟੇ ਦਾ ਲੋਲਾ ਤਾਂ ਮੰਨਣਾ, ਮੈਂ 20 ਮਿੰਟ ਕੋਸੀ ਲੜਨੀ ਆ। ਤੇ ਜਿਹਨਾਂ ਨੂੰ ਅਸੀਂ 400-500 ਰੁਪਇਆ ਦੇਣਾ, ਉਹਨਾਂ ਨੂੰ ਕਹਿੰਦਾ ਘੰਟਾ ਘੰਟਾ ਕਰਾ ਕੇ ਮਰਵਾ ਦਿਓ। ਇਹ ਕਿਸੇ ਕਿਤਾਬ 'ਚ ਨਹੀਂ ਲਿਖਿਆ ਹੋਇਆ, ਅਸੀਂ 10 ਮਿੰਟ ਤੋਂ ਵੱਧ ਕੋਸੀ ਨਹੀਂ ਕਰਾਉਣੀ। ਹਿਮਾਚਲ ਦੇ ਵਿੱਚ ਦਿੱਲੀ ਦਾ ਮੁੰਡਾ, ਉਹਨਾਂ ਨੇ ਸਵਾਦ ਲੈਂਦੇ ਨੇ ਲੋਕਾਂ ਦੇ, ਤਾੜੀਆਂ ਮਾਰ ਮਾਰ ਕੇ ਮੁੰਡੇ ਦਾ ਉੱਥੇ ਹੀ ਹਲਟ ਫੇਟ ਹੋ ਕੇ ਹਸਪਤਾਲ ਜਾਂਦਾ, ਮਰ ਗਿਆ ਮੁੰਡਾ। ਗਰਮੀ ਆ, ਤਾੜੀ ਮਾਰਦੇ ਭਾਜੀ ਬਹੁਤ ਜ਼ੋਰ ਲੱਗਦੇ ਆ, ਹਾਂ ਆਪਣਾ ਕੋਈ ਮੁੱਲ ਨਹੀਂ ਲੱਗਦਾ, ਦਰਸ਼ਕ ਹੁੰਦੇ ਹੀ ਮੇਰੇ ਵੀਰ ਦੇਖਣ ਨੂੰ ਤਾੜੀ ਮਾਰਨ ਨੂੰ। ਬਰਾਬਰ ਕੋਸੀ ਹੋਈ ਆ, ਰਾਜਾ ਮਹਿਲਪੁਰ ਅਤੇ ਹੀਰਾ ਮਾਨ ਨਵਾਂ ਪਿੰਡ ਖਾਲੀ ਆ। ਬਹੁਤ ਵਧੀਆ ਮੁਕਾਬਲਾ, ਇੱਕ ਬੰਨੇ ਭਾਨਾ, ਭਾਨੇ ਹੱਥ ਖੜਾ ਕਰ ਵੀ, ਇਹ ਭਾਨੇ ਦਾ ਨਜ਼ਦੀਕੀ ਲੱਗਦਾ ਵੀ ਭੋਏ ਭਰੇ ਆ ਖੜਾ ਸ਼ਾਹ ਸਾਹਮਣੇ ਜਿਹੜੀ ਕੋਸੀ ਚੱਲ ਪਈ। ਦੂਸਰੇ ਬੰਨੇ ਅਜਮੇਰ ਪਹਿਲਵਾਨ ਸਾਹਮਣੇ ਖਾੜਾ, ਧੰਨ ਧੰਨ ਬਾਬਾ ਵੀਰ ਸਿੰਘ ਜੀ ਨਵਾਂ ਪਿੰਡ ਚਾਲੀਆਂ, ਲੇਬਰ ਸਿੰਘ ਪਹਿਲਵਾਨ ਦੇ ਖਾੜੇ ਦਾ, ਮੈਂ ਲੇਬਰ ਸਿੰਘ ਪਹਿਲਵਾਨ ਦਾ ਪੱਖਾ ਵੀ ਸਾਹਮਣੇ ਮੁਕਾਬਲਾ ਜਿਹੜਾ ਚੱਲਦਾ ਪਿਆ ਵੀ। ਉਹਦੇ ਇੱਕ ਬੰਨੇ ਕਾਕੂ ਦੇ ਨਾਲ ਮਨਦੀਪ ਆ ਵੀ, ਜਿਹੜਾ ਸਾਹਮਣੇ ਮੁਕਾਬਲਾ ਚੱਲਦਾ ਪਿਆ। ਐਨ ਕਦੇ ਵੀ ਪੱਲੇ ਪੱਲੇ ਹੁੰਦੀ ਪਈ ਕੋਸੀ ਦੀ, ਸੁੱਖਾ ਬਾਵਰੀਆ ਤੇ ਰੰਗਾ ਨਕੋਦਰ ਇਹ ਵੀ ਨਾਲ ਹੀ ਭਰਾ ਜੀ ਤਿਆਰੀ ਕਰਨਗੇ ਜੀ। ਢੋਲਾ ਜਲੰਧਰ ਦੇ ਮਤਾਬ ਨਵਾਂ ਪਿੰਡ ਕਾਲੀਆਂ, ਇਹ ਵੀ ਅਗਲੀ ਕੋਸੀ ਦੇ ਪਹਿਲਵਾਨ ਨੇ ਗੁਰਤੇਜ ਤੇ ਦਲਜੀਤ, ਕਹਿੰਦੇ ਵੀ ਖਰਬੂਜੇ ਨੂੰ ਵੇਖ ਕੇ ਖਰਬੂਜਾ ਜਿਵੇਂ ਰੰਗ ਬਦਲਦਾ, ਆਹ ਬੱਚਿਆਂ ਦੀ ਕੋਸੀ ਹੋਣ ਜਾ ਰਹੀ ਆ ਜੀ। ਮੈਂ ਮਾਲ ਸਾਹਿਬਾਨ ਨੂੰ ਬੇਨਤੀ ਕਰਾਂ, ਤਿੰਨ ਕੁਸ਼ਤੀਆਂ ਖਾੜੇ ਵਿੱਚ ਰੱਖਣ, ਟਾਈਮ ਬੜਾ ਆ, ਸਾਰੀਆਂ ਕੁਸ਼ਤੀਆਂ ਕਰਾਈਆਂ ਜਾਣਗੀਆਂ, ਕੋਈ ਐਸੀ ਗੱਲ ਨਹੀਂ। ਜਿਹੜਾ ਵੀ ਇੱਥੇ ਆਏਗਾ ਬੇਮਾਣਾ ਨਹੀਂ ਜਾਏਗਾ, ਭਾਵੇਂ ਇੱਕ ਰੁਪਏ ਦਾ ਮਾਣ ਕਰੀਏ ਮਾਣ ਕਰਾਂਗੇ। ਜਿਹੜੇ ਨਹੀਂ ਘੋਲਣ ਵਾਲੇ ਵੱਡੇ ਵਡੇਰੇ ਹੋ ਚੁੱਕੇ ਨੇ, ਸਤਿਕਾਰ ਯੋਗ ਨੇ, ਉਹਨਾਂ ਦਾ ਵੀ ਮਾਣ ਕਰਾਂਗੇ, ਪਰ ਘੁਲ ਕੇ ਦਿਖਾਓ, ਘੋਲ ਦਿਖਾਓ, ਸੰਗਤ ਨੂੰ ਛਿੱਚ ਦਿਖਾਓ। ਤੀਜੀ ਕੁਸ਼ਤੀ ਤੋਂ ਬਾਅਦ ਕੁਸ਼ਤੀ ਨਾ ਕਰਾਓ, ਤਿੰਨ ਕੁਸ਼ਤੀਆਂ ਰੱਖੋ ਪਿੰਡ ਵਿੱਚ ਸਾਰੇ ਦੇਖ ਸਕਣ। ਸੁੱਖਾ ਬਾਵੀਆਂ ਤੇ ਰੰਗਾਂ ਨੇ ਕੋਤਲ ਅਜਮੇਰ ਪਹਿਲਵਾਨ ਦੇ ਨਾਲ ਧਾਨਾ ਪਹਿਲਵਾਨ, ਉਹਦੇ ਮਨਦੀਪ ਤੇ ਕਾਕੂ ਪਹਿਲਵਾਨ, ਜਿਹੜਾ ਸਾਹਮਣੇ ਮੁਕਾਬਲਾ ਚੱਲਦਾ ਪਿਆ ਵੀ। ਸੁੱਖਾ ਪਹਿਲਵਾਨ
ਸੋ ਰੰਗਾ ਨਕੋਦਰ ਇਹ ਵੀ ਨਾਲ ਹੀ ਭਰਾ ਜੀ ਸਾਰੇ ਚਾਹੋ ਅਗਲੀ ਕੋਸ਼ਿਸ਼ ਦੇ ਪਹਿਲਵਾਨ ਨੇ ਜੀ ਵਿੱਕੀ ਸ਼ਾਹ ਕੋਲ ਇਹ ਵੀ ਤਿਆਰੀ ਕਰ ਲਓ ਤੇ ਨੀਲੀ ਭੋਇਪੁਰ ਹਾਂ ਨੀਲੀ ਭੋਇਪੁਰ ਹੱਥ ਖੜਾ ਕਰ ਵੀ ਵਿੱਕੀ ਸ਼ਾਹ ਕੋਲ ਬਾਕੀ ਭਰਾ ਜੀ ਸੈਰ ਤੇ ਹੋਈਏ ਯਾਰ ਵੀ ਨਾ ਸੈਰ ਤੇ ਹੋਈਏ ਭਰਾ ਜੀ ਤੁਸੀਂ ਪਿੱਛੇ ਪਿੱਛੇ ਹੋ ਜਾਓ ਯਾਰ ਜਿਹੜੇ ਸਾਹਮਣੇ ਖੜੇ ਆ ਪਿੱਛੇ ਪਿੱਛੇ ਹੋ ਜਾਓ ਜੀ ਮੁਕਾਬਲੇ ਚੱਲਦੇ ਪਏ ਸਾਰੇ ਪਾਤਸ਼ਾਹ ਦੇ ਵਿੱਚ ਹੈਰ ਕਹਿੰਦੇ ਵੀ ਬੱਲੇ ਬੱਲੇ ਹੁੰਦੀ ਪਈ ਕੋਸੀ ਦੀ ਹਾਂਜੀ ਕਰੋ ਜੀ ਕੋਸੀ ਸ਼ੁਰੂ ਜੀ ਰਾਜੋ ਭਾਜੀ ਕੋਸੀ ਦੇ ਰੈਫਰੀ ਹੋ ਜਾਓ ਨਾਲ ਤੁਸੀਂ ਹਾਂਜੀ ਭਾਜੀ ਰੈਫਰੀ ਰੱਖੋ ਭਾਜੀ ਪਰਚੇ ਆ ਜਾਓ ਕੋਲ ਵਿੱਕੀ ਹੱਥ ਖੜਾ ਕਰ ਵੀ ਵਿੱਕੀ ਪਹਿਲਵਾਨ ਨੀਲੀ ਕਰੋ ਜੀ ਕੋਸ਼ਿਸ਼ ਸ਼ੁਰੂ ਸਿਆਫਾ ਦੁੱਧੋਵਾਲ ਅਵਤਾਰ ਪਹਿਲਵਾਨ ਖਾਰਾ ਨਵਾਂ ਪਿੰਡ ਕਾਲੀਆਂ ਹਾਂਜੀ ਕਰੋ ਜੀ ਅਭੀ ਕੋਸ਼ਿਸ਼ ਨਾਲ ਹੀ ਸ਼ੁਰੂ ਤਿੰਨ ਮੁਕਾਬਲੇ ਚੱਲਦੇ ਪਏ ਆ ਜੀ ਬਹੁਤ ਵਧੀਆ ਮੁਕਾਬਲੇ ਖਾਰੇ ਪਾਤਸ਼ਾਹ ਸਾਹਿਬ ਵਿੱਚ ਹੈਰ ਕਹਿੰਦੇ ਵੀ ਬੱਲੇ ਬੱਲੇ ਹੋਦੀ ਪਈ ਕੁਸ਼ਤੀ ਦੀ ਕਹਿੰਦਾ ਮੈਂ ਗਿਆ ਨਾ ਕਦੋਂ ਪਹਿਲਵਾਨ ਰੱਜਦੇ ਮਿੱਤਰੋ ਉੜਦੇ ਜਹਾਜ਼ਾਂ ਦੇ ਨੀ ਰੋੜੇ ਵੱਜਦੇ ਕਦੇ ਨਾ ਭਰਾ ਕੂਮਰ ਅਰੇ ਡਿਗਰੀ ਤੇ ਚੋਰਾਂ ਮੂਰੇ ਅੜਦੇ ਨੀ ਜਿੰਦੇ ਸੋਹਣਿਆ ਜਿਹੜੀ ਮਾਵਾਂ ਦੀ ਸ਼ਾਦੀ ਚੋਂ ਮਿਲਦੀ ਦਲੇਰੀ ਪੈਕਟਾਂ ਦੇ ਦੁੱਧ ਕਿੱਥੋਂ ਦਿੰਦੇ ਸੋਹਣਿਆ ਬਹੁਤ ਵਧੀਆ ਤਿੰਨ ਮੁਕਾਬਲੇ ਚੱਲਦੇ ਪਏ ਸਾਰੇ ਪਾਤਸ਼ਾਹ ਸਾਹਿਬ ਵਿੱਚ ਐਨ ਕਹਿੰਦੇ ਵੀ ਬੱਲੇ ਬੱਲੇ ਹੁੰਦੀ ਪਈ ਕੁਸ਼ਤੀ ਦੀ ਕਾਕੇ ਪਿੱਛੇ ਹੋਏ ਵੀਰ ਪਹਿਲਵਾਨ ਆਖਾਰਾ ਤਨ ਤਨ ਬਾਬਾ ਵੀਰ ਸਿੰਘ ਜੀ ਨਵਾਂ ਪਿੰਡ ਕਾਲੀਆਂ ਤੇ ਰਵੀ ਪਹਿਲਵਾਨ ਸ਼ਾਹਕੋਟ ਇਹ ਇੱਧਰ ਆ ਜਾਓ ਜੀ ਖਾਰੇ ਪਾਤਸ਼ਾਹ ਸਾਹਿਬ ਸਟੇਜ ਦੇ ਲਾਗੇ ਆ ਜਾਓ ਇਹ ਭੱਜ ਕੇ ਜੀ ਕੋਸ਼ਤੀ ਦੇ ਮੱਲ ਗੇੜੀ ਲਾਉਣਗੇ ਤੇ ਬਾਕੀ ਜਿਹੜੀਆਂ ਕੋਸ਼ਤੀਆਂ ਦੇ ਮੱਲ ਤਿਆਰੀ ਕਰ ਲਓ ਸੂਜਲ ਫਗਵਾਰਾ ਤੇ ਨਾਲ ਹੋਵੇਗਾ ਨਜ਼ੀਰ ਮਹਿਦ ਪ੍ਰਿਆ ਇਹ ਵੀ ਭਲਾ ਜੀ ਨਾਲ ਹੀ ਤਿਆਰੀ ਕਰ ਲਓ ਜੀ ਇਹ ਦੋ ਨੰਬਰ ਚੰਗੀ ਹੋਣੀ ਆ ਵੀ ਖਾਰੇ ਪਾਤਸ਼ਾਹ ਸਾਹਿਬ ਦੇ ਵਿੱਚ ਹਾਂਜੀ ਬਾਬਾ ਜੀ ਪਾਜਕਾ ਤਿਆਰ ਕਰੋ ਆਪਾਂ ਗੇੜੀ ਬਣਾਈਏ ਤੇ ਨਾਲ ਜਿਹੜੀਆਂ ਦੂਸਰੀਆਂ ਕੋਸ਼ਿਸ਼ਾਂ ਸ਼ੁਰੂ ਆ ਜੀ ਭੋਲਾ ਜਲੰਧਰ ਦੇ ਮਤਾਬ ਆ ਸਾਰਾ ਧੰਨ ਧੰਨ ਬਾਬਾ ਵੀਰ ਸਿੰਘ ਜੀ ਨਵਾਂ ਪਿੰਡ ਕਾਲੀਆਂ ਭਰਾ ਦੇ ਨਾਲ ਹੀ ਤਿਆਰੀ ਕਰ ਲਓ ਜੀ ਹਾਂਜੀ ਹਡਮੀ ਕੋਸ਼ਤੀ ਮਜੀਠਾ ਕਰ ਲਓ ਜੀ ਹਡਮੀ ਕੋਸ਼ਤੀ ਕਰ ਲਓ ਥੋੜੀ ਜੀ ਹਾਂਜੀ ਇੱਥੇ ਜਾਓ ਕੁਸ਼ਤੀ ਰਾਜੇ ਭਾਜੀ ਇੱਥੇ ਜਾਓ ਲਾਗੇ ਇੱਥੇ ਲਿਆਓ ਕੁਸ਼ਤੀ ਠੀਕ ਆ ਜੀ ਬੱਲੇ ਬੱਲੇ ਵੀ ਚਲੋ ਜੀ ਕੁਸ਼ਤੀ ਸ਼ੁਰੂ ਨੀਲੀ ਸਾਹਮਣੇ ਘੁਲਦਾ ਵੀ ਵਿਜੇ ਦਾ ਪੁੱਤਰ ਤੇ ਨਾਲ ਕਹਿੰਦੇ ਵੀ ਇਹ ਆ ਠੱਗਾ ਪਹਿਲਵਾਨ ਪਿਆਰ ਨਾਲ ਠੱਗਾ ਕਹਿੰਦੇ ਨਾਮ ਵਿੱਕੀ ਆ ਸ਼ਾਹ ਕੋਲ ਜਿਹੜਾ ਸਾਹਮਣੇ ਮੁਕਾਬਲਾ ਚੱਲਦਾ ਪਿਆ ਵੀ ਉਹਦੇ ਭੋਲਾ ਵੀ ਤਿਆਰ ਆ ਵੀ ਕਹਿੰਦੇ ਜਲੰਧਰ ਵਾਲਾ ਇਸ ਮੱਲ ਦੀ ਵੀ ਕਹਿੰਦੇ ਚਰਚਾ ਪੂਰੀ ਸੂਜਨ ਵੀ ਕਹਿੰਦੇ ਪੁੱਜਾ ਵੀ ਵੱਡੇ ਮੱਲ ਜਿਹੜੇ ਚੋਟੀ ਦੇ ਪੁੱਜੇ ਹੋਏ ਨੇ ਵੱਡਾ ਇਤਿਹਾਸ ਵਿੱਚ ਜਾਵੇਗਾ ਉਹ ਬੱਲੇ ਜਾਣਦੇ ਠੱਗਿਆ ਗੁੱਸੇ ਨੂੰ ਹੁਣ ਇਹ ਵਿੱਕੀ ਜਿੱਤ ਗਿਆ ਵੀ ਕੋਸੀ ਸ਼ਾਹ ਕੋਲ
ਵਿੱਕੀ ਬੱਲੇ ਬੱਲੇ ਕਰਾ ਗਿਆ ਬਈ ਮਜੀਦੇ ਪਹਿਲਵਾਨ ਦਾ ਪੱਠਾ ਵਿੱਕੀ ਬੱਲੇ ਬੱਲੇ ਕਰਾ ਗਿਆ ਸੁੱਖਾ ਪਹਿਲਵਾਨ ਹੱਥ ਕਰਾ ਕੇ ਸੁੱਖਾ ਪਹਿਲਵਾਨ ਅਰੰਗਾ ਬਣਾ ਜੀ ਚਲੋ ਜੀ ਪ੍ਰਿੰਸ ਇਹ ਪ੍ਰਿੰਸ ਕਹਿੰਦੇ ਵੀ ਇਹ ਭੋਏ ਪੁੱਲਣ ਵੀ ਸ਼ੌਂਕ ਪਿਆ ਧਰਤੀ ਦਾ ਉਹਦੇ ਸਾਡੇ ਸਵਰਨਾ ਬਾਬਾ ਜੀ ਸਵਰਨਾ ਜੀ ਆਪਣੇ ਨਗਰ ਦੇ ਭਲਵਾਨ ਘੁਲਦੇ ਆ ਆ ਜੀ ਵੇਖੀਏ ਹੁਣ ਕੀ ਕਰਦਾ ਬਹੁਤ ਵਧੀਆ ਜੀ ਜਸ਼ਨ ਪਹਿਲਵਾਨ ਮੋਗਾ ਤੇ ਗੁਰਪ੍ਰੀਤ ਦੇ ਪ੍ਰੋਗਰਾਮ ਇਹ ਲੜਕੀਆਂ ਹੀ ਕੁਸ਼ਤੀ ਦੇ ਮਸ਼ੀਨ ਬਣਾਉਣ ਆ ਗਈ ਜੀ ਆ ਜੀ ਕੁਸ਼ਤੀ ਬਹੁਤ ਸਿੱਖਦਾ ਨਾ ਵੀ ਕੁਸ਼ਤੀ ਸਿੱਖਣ ਵਾਲਾ ਸਿਆਫਤ ਜੀ ਦੇ ਨਾਲ ਅਵਤਾਰ ਪਹਿਲਵਾਨ ਕੋਸੀ ਚੱਲਦੀ ਪਈ ਖਾਰੇ ਮਾਸਟਰ ਸਾਰੇ ਵਿੱਚ ਐਨ ਕਦੇ ਵੀ ਪੱਲੇ ਪੱਲੇ ਹੁੰਦੀ ਪਈ ਉਹਦੇ ਲਾਏ ਵਾਲੇ ਸਾਡੇ ਭਰਾਵਾਂ ਵੀ ਧੰਨਵਾਦ ਆ ਅੱਜ ਦਾ ਆਪਣਾ ਲਾਈਵ ਕਰ ਰਹੇ ਗੁਰਪ੍ਰੀਤ ਹੱਥ ਕਰਾ ਕੇ ਵੀ ਗੁਰਪ੍ਰੀਤ ਮੋਗਾ ਸ਼ੇਸ਼ਨ ਪ੍ਰੀਤ ਚਕਰਾ ਭਾਜੀ ਉਹ ਪਾਲੀ ਸਾਰੇ ਰਾਜੇ ਦੇ ਮੁੰਡੇ ਬੋਲਦੇ ਪਰੇ ਜਾਂ ਕੋਸੀ ਸ਼ੁਰੂ ਕਰਾ ਦੇ ਬਹੁਤ ਵਧੀਆ ਜੀ ਕਹਿੰਦਾ ਭੱਜਿਆ ਨੂੰ ਤੇ ਇੱਕੋ ਜਿਹੇ ਵਾਹਨ ਮਿੱਤਰੋ ਅੱਜ ਟੱਕਰੇ ਨੇ ਹਾਰੀਆਂ ਨੂੰ ਹਾਰ ਮਿੱਤਰੋ ਰਾਜਾ ਫਿਰ ਗੱਲ ਲਿਖੇ ਲੱਖ ਲੱਖ ਦੀ ਧੁੰਮ ਪੈ ਗਈ ਅੱਜ ਕਹਿੰਦੇ ਕੁਸ਼ਤੀ ਨੀ ਪੱਲੇ 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 ਉਹ ਕੁਸ਼ਤੀ ਇੱਧਰ ਲਿਆਓ ਭਰਾਵਾ ਉਹ ਇੱਧਰ ਲਿਆਓ ਕੁਸ਼ਤੀ ਯਾਰ ਇੱਧਰ ਲਿਆਓ ਯਾਰ ਸਾਰੇ ਚ ਇੱਥੇ ਆਓ ਭਾਨਿਆ ਇੱਧਰ ਆਓ ਬਾਹਰ ਕੁਸ਼ਤੀ ਨੀ ਮੰਨੀ ਜਾਣੀ ਬਾਹਰ ਵਿੱਚ ਕਹਿੰਦਾ ਬਾਬਾ ਗੁੱਸਾ ਕਰਦਾ ਕਿਉਂ ਬਾਬਾ ਕਹਿੰਦੇ ਇੱਥੇ ਕੁਸ਼ਤੀ ਮੰਨੀ ਜਾਣੀ ਆ ਹਾਂ ਬਾਹਰ ਨੀ ਕੁਸ਼ਤੀ ਕਰਨ ਦੇਣੀ ਅਸੀਂ ਕਾਰੇ ਕੀ ਮੰਨੀ ਜਾਣੀ ਆ ਬਹੁਤ ਵਧੀਆ ਕੁਸ਼ਤੀ ਪੱਲੇ ਪੱਲੇ ਹੁੰਦੀ ਪਈ ਕੁਸ਼ਤੀ ਦੀ ਐ ਕਹਿੰਦੇ ਵੱਡਾ ਇਤਿਹਾਸ ਹੋਇਆ ਜਾਣਾ ਵੀ ਬਹੁਤ ਤਕੜਾ ਮੁਕਾਬਲਾ ਚੱਲਦਾ ਪਿਆ ਇੱਥੇ ਪ੍ਰਿੰਸ ਦੇ ਨਾਲ ਕਹਿੰਦੇ ਵੀ ਲੱਭਾ ਇਹ ਰਾਜੇ ਇਟਲੀ ਵਾਲੇ ਦਾ ਭਾਂਜਾ ਤਾਂ ਬਹੁਤ ਵਧੀਆ ਕੁਸ਼ਤੀ ਚੱਲਦੀ ਪਈ ਆ ਖਾਰੇ ਪਾਤਸ਼ਾਹ ਸਾਰੇ ਵਿੱਚ ਐਨ ਕਹਿੰਦੇ ਬੱਲੇ ਬੱਲੇ ਹੁੰਦੀ ਪਈ ਉਹਦੇ ਲੈ ਵਾਲੇ ਸਾਡੇ ਭਰਾਵਾਂ ਵੀ ਧੰਨਵਾਦ ਆ ਅੱਜ ਦਾ ਪ੍ਰੋਗਰਾਮ ਲਾਈਵ ਕਰ ਰਹੇ ਨੇ ਵੱਡੇ ਹਸਪਤਾਲ ਨੇ ਵੀ ਚਾਲੇ ਚਾਲੇ ਪੁੱਜਣਾ ਕੋਈ ਲੱਭਿਆ ਪ੍ਰਿੰਸ ਕੋਈ ਕੋਈ ਕਰਨਾ ਪੈਣਾ ਇਹ ਸਾਡੀਆਂ ਇਹ ਲੱਫੀਆਂ ਪਾ ਕੇ ਨੀ ਸਕਦਾ ਕਿਉਂ ਰਾਜੇ ਭਾਜੀ ਇਹ ਹੱਥ ਪੈਰ ਹਿਲਾਉਣੇ ਪੈਣੇ ਆ ਹਾਂ ਇੱਕ ਭਤੀਜਾ ਇੱਕ ਭਤੀਜਾ ਤੇ ਭਾਂਜਾ ਰਾਜਾ ਕਹਿੰਦਾ ਬੰਦੇ ਆਪਣੇ ਆ ਦੋਵੇਂ ਜਿੱਦਾਂ ਨੀ ਕਹਿੰਦੇ ਸਾਰ ਭੱਜ ਭੱਜ ਕਹਿੰਦਾ ਇੱਦਾਂ ਹੋਣਾ ਹੈ ਛੱਡ ਕੇ ਪ੍ਰਿੰਸ ਦੀ ਬੱਲੇ ਬੱਲੇ ਵੀ ਬਹੁਤ ਵਧੀਆ ਇਹ ਗਲਮ ਗਲ ਗਲਮ ਚੱਲ 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 ਰੁਕਣਾ ਨੀ ਚੱਲ ਇਹ ਗਲਮ ਗਲ ਮਾਰਾ ਆ ਹੋ ਬੱਲੇ ਚੱਲ 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 ਹਾਲੇ ਨੀ ਗੱਲ ਬਣੀ ਅੱਜ ਤਾਂ ਕਹਿੰਦੇ ਭੋਲੇ ਹੱਥ ਕੜਾ ਕਰ ਵੀ ਭੋਲਾ ਕਹਿੰਦੇ ਜਲੰਧਰ ਵਾਲਾ ਮਹਿਤਾਬ ਪਹਿਲਵਾਨ ਹੱਥ ਕੜਾ ਕਰਦੇ ਵੀ ਸਾਰਾ ਧੰਨ ਧੰਨ ਬਾਬਾ ਵੀਰ ਸਿੰਘ ਜੀ ਨਵਾਂ ਪਿੰਡ ਚਾਲੀਆਂ ਜਿਹੜੀ ਸਾਹਮਣੇ ਕੁਸ਼ਤੀ ਹੋਣ ਜਾ ਰਹੀ ਆ ਵੀ ਰੰਗਾ ਤੇ ਸੁੱਖਾ ਪਹਿਲਵਾਨ ਸਾਹਮਣੇ ਮੁਕਾਬਲਾ ਜੀ ਸੂਜਨ ਪਹਿਲਵਾਨ ਤੇ ਨਜ਼ੀਰ ਮਹਿਦਪੁਰ ਇਹ ਭਰਾ ਜੀ ਨਾਲ ਹੀ ਤਿਆਰੀ ਕਰਨਗੇ ਦੋ ਨੰਬਰ ਝੰਡੀ ਵਾਲੇ ਪਹਿਲਵਾਨ ਇਹ ਵੀ ਨਾਲ ਹੀ ਤਿਆਰੀ ਕਰ ਦੋ ਜੀ ਆਈ ਜੀ ਪਾਈ ਕਰੀ ਫਿਰ ਕੁਸ਼ਤੀ ਦੇ ਪਹਿਲਵਾਨ ਇੱਕ ਬੰਨੇ ਵੀਰ ਪਹਿਲਵਾਨ ਹੋਵੇਗਾ ਨਾਲ ਵਾਲੇ ਉਹਦੇ ਵਾਲੇ ਗਿੱਧਾ ਜੀ ਵਿਸ਼ੇ ਤੌਰ ਤੇ ਪੁੱਜੇ ਨੇ ਪੰਜਾਬ ਦਾ ਬਿਜਲੀ ਬੋਰਡ ਸਾਰਾ ਮਹਿਦਪੁਰ ਉਹਨਾਂ ਭਰਾਵਾਂ ਦਾ ਤਾਜ਼ਾ ਧੰਨਵਾਦ ਰੱਖਾਂਗੇ ਜੀ ਸੂਜਲ ਪਗਵਾੜਾ ਤੇ ਨਜ਼ੀਰ ਮਹਿਲਪੁਰ ਨਾਲ ਹੀ ਖਾੜੇ ਚਾਉਣਗੇ ਜੀ ਵੀਰ ਪਹਿਲਵਾਨ ਦੀ ਤਿਆਰੀ ਕਰ ਲਓ ਪਹਿਲਵਾਨ ਜੀ ਫਾਈਨਲ ਕੁਸ਼ਤੀ ਹੋਣੀ ਆ ਜੀ ਆ ਰਵੀ ਪਹਿਲਵਾਨ ਸ਼ਾਹਕੋਟ ਵੀਰ ਪਹਿਲਵਾਨ ਆ ਸਾਰਾ ਧੰਨ ਬਾਬਾ ਵੀਰ ਸਿੰਘ ਜੀ ਨਵਾਂ ਪਿੰਡ ਕਾਲੀਆਂ ਭਾਈ ਜੀ ਫਾਈਨਲ ਕੁਸ਼ਤੀ ਹੋਣੀ ਆ ਜੀ ਰਵੀ ਸੌ ਰੁਪਇਆ
ਬੱਲੇ 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 ਆਓ ਆਓ ਬਹੁਤ ਵਧੀਆ ਜੀ ਇਹ ਜੇ ਨਹੀਂ ਕੋਸੀ ਇਹ ਨਾ ਨਿਬੜੀ ਰਾਜੇ ਭਾਜੀ ਜੇ ਕੋਸੀ ਨਾ ਨਿਬੜੀ ਕੋਸੀ ਫੇਰ ਦੁਬਾਰਾ ਆਪਾਂ ਉਹ ਥੋੜੇ ਜਿਹੇ ਤੱਕ ਕਰਾਉਣੀ ਆ ਇਹ ਪਿੰਡ ਵਿੱਚ ਹੀ ਮਿਹਨਤ ਸ਼ੁਰੂ ਕਰਾਓ ਥੋੜੀ ਜੀ ਉਧਰ ਕਹਿੰਦੇ ਸੁੱਖੇ ਨੇ ਵੀ ਇਕੱਠਾ ਕਰਤਾ ਸੁੱਖੇ ਨੇ ਵੀ ਇਕੱਠਾ ਕਰਤਾ ਉਧਰ ਸੁੱਖੇ ਨੇ ਵੀ ਇਕੱਠਾ ਕਰਤਾ ਉਧਰ ਨਾਲ ਹੀ ਇੱਧਰ ਵੀ ਕੁਸ਼ਤੀ ਬਹੁਤ ਤੇਜ਼ ਨਾਲ ਇੱਕ ਬੰਦੇ ਭੋਲਾ ਦੇ ਨਾਲ ਮਹਿਤਾਬ ਪਹਿਲਵਾਨ ਜਿਹੜਾ ਸਾਹਮਣੇ ਮੁਕਾ ਕੇ ਚੱਲਦਾ ਪਿਆ ਹਾਂਜੀ ਬਾਬਾ ਜੀ ਆਪਾਂ ਦੋ ਨੰਬਰ ਝੰਡੀ ਵੀ ਸ਼ੁਰੂ ਕਰਾਉਣੀ ਆ ਤੇ ਨਾਲ ਹੀ ਹੱਥ ਜੋੜੀ ਕਰਾਈਏ ਦੀਨ ਤੁਸੀਂ ਵੀ ਨਾਲ ਹੀ ਸਟੇਜ ਦੇ ਲੱਗੇ ਆ ਜਾਣ ਆਪਾਂ ਹੱਥ ਜੋੜੀ ਪਹਿਲਾਂ ਕਰਾ ਲਈਏ ਤਸਵੀਰ ਕਰਾ ਲਈਏ ਦੀਨ ਪਹਿਲਵਾਨ ਤੇ ਰਵੀ ਪਹਿਲਵਾਨ ਲੈਂਬਰ ਪਹਿਲਵਾਨ ਜੀ ਨਾਲ ਤੁਸੀਂ ਵੀ ਆ ਜਾਓ ਲੈਂਬਰ ਸਿੰਘ ਪਹਿਲਵਾਨ ਜੀ ਮਜੀਦਾ ਪਹਿਲਵਾਨ ਜੀ ਨਾਲ ਜਾਓ ਸਟੇਜ ਦੇ ਲੱਗੇ ਆਪਾਂ ਜਿਹੜੀ ਹੱਥ ਜੋੜੀ ਕਰਾਵਾਂਗੇ ਅੱਜ ਦੀ ਫਾਈਨਲ ਕੋਸ਼ਿਸ਼ਾਂ ਦੀ ਸਾਡਾ ਰਾਜਾ ਭਰਾਏ ਕਿ ਨਹੀਂ ਵੱਡੀਆਂ ਗੱਲਾਂ ਨੇ ਤਹਿ ਦਿਲੋਂ ਧੰਨਵਾਦ ਆਖਾਂਗੇ ਰਾਜੇ ਭਰਾ ਦਾ ਵੀ ਤਹਿ ਦਿਲੋਂ ਧੰਨਵਾਦ ਆ ਬਾਬਾ ਜੀ ਹੁਣਾਂ ਵੀ ਬਹੁਤ ਲੰਮੇ ਸਮੇਂ ਤੋਂ ਪਿਆਰ ਆ ਤਹਿ ਦਿਲੋਂ ਵੱਡੇ ਸਤਿਕਾਰ ਨੇ ਸਾਡੇ ਜੀਤਾ ਜਗਵਰ ਜੀ ਨਾਲ ਹੀ ਰਾਜਾ ਸਾਡਾ ਭਰਾਈ ਕਿਰੀ ਵਜੇ ਮਾਣ ਤੇ ਪਿਆਰ ਭੇਜਦਾ ਪੰਜਾਬੀ ਬੋਲਾਂ ਦੇ ਧੰਨਵਾਦ ਆ ਸੁਲੱਖਣ ਭਰਾ ਹੋਣਾ ਧੰਨਵਾਦ ਇਹਦੇ ਨਾਲ ਜਗਦੀਪ ਸਿੰਘ ਜੀ ਪ੍ਰਧਾਨ ਸਾਹਿਬ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਆਖਾਂਗੇ ਵੱਡਾ ਮਾਣ ਸਾਡੇ ਅਮਰਜੀਤ ਸਿੰਘ ਜੀ ਲੰਬਰਦਾਰ ਜੀ ਤਹਿ ਦਿਲੋਂ ਬਲਦੇਵ ਸਿੰਘ ਜੀ ਸਰਪੰਚ ਸਾਹਿਬ ਸਾਡੇ ਬਾਜਵਾ ਕਲਾ ਵਾਲੇ ਤਹਿ ਦਿਲੋਂ ਵੱਡੇ ਸਤਿਕਾਰ ਰੱਖਾਂਗੇ ਸਰਦਾਰ ਬਲਦੇਵ ਸਿੰਘ ਜੀ ਸਾਡੇ ਸਰਪੰਚ ਸਾਹਿਬ ਬਾਜਵਾ ਕਲਾ ਉਹਦੇ ਸਾਡੇ ਕਾਮਰੇਡ ਦਰਸ਼ਨ ਸਿੰਘ ਜੀ ਬਾਜਵਾ ਕੋਲ ਸਾਡੇ ਬਲਦੇਵ ਸਿੰਘ ਜੀ ਸਰਪੰਚ ਸਾਹਿਬ ਕਿਉਂਕਿ ਸਾਂਝੇ ਨਗਰ ਆ ਦੋਵੇਂ ਤਿੰਨੇ ਲਾਗੇ ਲਾਗੇ ਹਾਂਜੀ ਰਾਜ ਸੂਜਰ ਪਲਾਂ ਜੀ ਆ ਜਾਓ ਸਾਰੇ ਪਾਤਸ਼ਾਹ ਸਾਹਿਬ ਵਿੱਚ ਹਾਂ ਚਾਚਾ ਜੀਤਾ ਜੀ ਆ ਜਾਓ ਸਾਡੇ ਚਾਚਾ ਜੀਤਾ ਜੀ ਪਹਿਲਵਾਨਾਂ ਦੀ ਦੁਨੀਆਂ 'ਚ ਵੱਡਾ ਨਾਂ ਹੈ ਸਾਡੇ ਚਾਚਾ ਜੀਤਾ ਜੀ ਉਹਨਾਂ ਦਾ ਸਨਮਾਨ ਤੇ ਇਸ ਟਾਈਮ ਕੀਤਾ ਜਾ ਰਿਹਾ ਸਾਡੇ ਚਾਚਾ ਜੀਤਾ ਜੀ ਇੱਧਰ ਸਾਡੇ ਜਗਦੀਪ ਸਾਡੇ ਚਾਚਾ ਜੀਤਾ ਜੀ ਪਹਿਲਵਾਨਾਂ ਦੀ ਦੁਨੀਆਂ 'ਚ ਇਹਨਾਂ ਦਾ ਵੱਡਾ ਨਾਂ ਹੈ ਹਾਂਜੀ ਲੈ ਵਾਲੇ ਵੀ ਕਰੋ ਜੀ ਤੁਹਾਨੂੰ ਹਾਂਜੀ ਸਰਪੰਚ ਲੰਬਰਦਾਰ ਜੀ ਆ ਜਾਓ ਸਾਡੇ ਲੰਬਰਦਾਰ ਜੀ ਕਾਮਰੇਡ ਸਾਹਿਬ ਆ ਜਾਓ ਸਾਡੇ ਦਰਸ਼ਨ ਸਿੰਘ ਜੀ ਕਾਮਰੇਡ ਸਾਹਿਬ ਭੋਏਪੁਰ ਨਗਰ ਤੋਂ ਧੰਨਵਾਦ ਆ ਜੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਜੀਤੇ ਪਹਿਲਵਾਨ ਜੀ ਦਾ ਸਨਮਾਨਿਤ ਕੀਤਾ ਗਿਆ ਤਹਿ ਦਿਲੋਂ ਧੰਨਵਾਦ ਆਖਾਂਗੇ ਜੀ ਸੂਜਲਾ ਕਹਿੰਦੇ ਵੀ ਫਗਵਾੜੇ ਵਾਲਾ ਇਹਦਾ ਸੂਜਲ ਫਗਵਾੜਾ ਮਹਿੰਦਰ ਪਹਿਲਵਾਨ ਜੀ ਟਿੱਬੀ ਵਾਲੇ ਆਏ ਉਹਨਾਂ ਦੇ ਖਾਰੇ ਦਾ ਮਾਲਾ ਉਹਨਾਂ ਦਾ ਸ਼ਗਿਰਦ ਆ ਵੀ ਕਹਿੰਦੇ ਸੂਜਲ ਪਹਿਲਵਾਨ ਜਦੋਂ ਮਹਿੰਦਰ ਪਹਿਲਵਾਨ ਦੀ ਗੱਲ ਚੱਲਦੀ ਆ ਵੀ ਚੋਟੀ ਦੇ ਮਾਲਕ ਜੀ ਰਾਜੂ ਪਹਿਲਵਾਨ ਦਾ ਪੱਠਾ ਇਹ ਜਿਹੜੀ ਕੁਸ਼ਤੀ ਦੋ ਨੰਬਰ ਝੰਡੀ ਕਰਾਈ ਆਪਣਾ ਜੀ 15 ਮਿੰਟ ਟਾਈਮ ਆ ਠੀਕ ਆ ਜੀ ਇਹ 15 ਮਿੰਟ ਟਾਈਮ ਆ ਕੁਸ਼ਤੀ ਦਾ ਉਹ ਵੀ ਨਾਲ ਹੀ ਹੋਲਡ ਕਰ ਲਓ ਜੀ ਨਜ਼ੀਰ ਹੱਥ ਖੜਾ ਕਰ ਵੀ ਨਜ਼ੀਰ ਮਹਿਤਪੁਰ ਇਹ ਲਾਜੂ ਪਹਿਲਵਾਨ ਦਾ ਪੱਠਾ ਵੀ ਸਾਹਮਣੇ ਜਿਹੜੀ ਕੋਸ਼ਿਸ਼ ਹੋਣ ਜਾ ਰਹੀ ਆ ਵੀ ਤਾੜੀ ਮਾਰ ਦਿਓ ਜ਼ੋਰਦਾਰ ਤਾੜੀਆਂ ਮਾਰੋ ਵੀ ਇਹ ਦੋ ਨੰਬਰ ਝੰਡੀ ਆ ਅੱਜ ਦੀ ਫਾਈਨਲ ਕੋਸ਼ਿਸ਼ਾਂ ਦੇ ਮੰਗ ਵੀ ਲੱਗ ਗਿਆ ਜੋ ਯਾਰ ਸਟੇਜ ਦੇ ਆਪਾਂ ਅੱਜ ਜਿਹੜੀ ਤਸਵੀਰ ਕਰਵਾ ਲਈਏ ਨਹੀਂ ਤਾਂ ਸਿੱਧੀ ਕੁਸ਼ਤੀ ਟੀਮ ਆ ਗਈ ਯਾਰ ਸ਼ਾਮਾਂ ਨੂੰ ਫੇਰ ਹੀ ਪਤਾ ਲੱਗਣਾ ਗਰੁੱਪਾਂ ਵਿੱਚ ਕੁਸ਼ਤੀ ਹੋਈ ਸੀ ਟੀਮ ਤੇ ਰਵੀ ਦੀ ਆ ਜਾਓ ਭਲਵਾਨ ਜੀ ਲਾਗੇ ਸਮੂਹ ਨਗਰ ਨਿਵਾਸੀਆਂ ਦਾ ਤਹਿ ਦਿਲੋਂ
ਧੰਨਵਾਦ ਆ ਵੀ ਇਲਾਕਾ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਗ੍ਰਾਮ ਪੰਚਾਇਤ ਦਾ ਤਹਿ ਦਿਲੋਂ ਵੱਡਾ ਸਤਿਕਾਰ ਰੱਖਾਂਗੇ ਵੱਡੇ ਧੰਨਵਾਦ 15-20 ਮਿੰਟ ਹੀ ਆ ਬਸ